ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਇਹ ਮੰਚ ਤੁਹਾਡਾ ਮੰਚ, ਜਿੱਥੇ ਅਸੀਂ ਤੁਹਾਡੇ ਮੁੱਦੇ ਇਸ ਮੰਚ ਦੇ ਉੱਤੇ ਲੈ ਕੇ ਆਉਂਦੇ ਹਾਂ, ਔਰ ਕੁਝ ਨਾ ਕੁਝ ਇਸ ਮੰਚ ਦੇ ਉੱਤੇ ਤੁਸੀਂ ਵੀ ਆਪਣੇ ਪ੍ਰਤੀਕਰਮ ਦੇ ਕੇ, ਆਪਣੇ ਤਰਕ ਦੇ ਕੇ ਇਸ ਮੰਚ ਨੂੰ ਰੋਜ਼ਾਨਾ ਸਜਾਉਂਦੇ ਹੋ, ਔਰ ਅਸੀਂ ਰੱਖਦੇ ਹਾਂ ਇਸ ਮੰਚ ਦੇ ਉੱਤੇ ਅੱਜ ਦਾ ਮੁੱਦਾ। ਅੱਜ ਦਾ ਮੁੱਦਾ ਕੀ ਹੈ, ਇਹ ਵੀ ਸਾਡੇ ਲਈ ਇੰਪੋਰਟੈਂਟ ਹੈਗਾ, ਲੇਕਿਨ ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਵੱਖ ਵੱਖ ਮੁੱਦਿਆਂ ਨੂੰ ਲਿਆਉਣਾ, ਹਰ ਮੁੱਦੇ ਦੀ ਗੱਲ ਕਰਨੀ ਔਰ ਹਰ ਮਸਲੇ ਨੂੰ ਚੱਕਣਾ, ਜਿੱਥੇ ਜਸ ਪੰਜਾਬੀ ਦੀ ਜ਼ਿੰਮੇਵਾਰੀ ਹੈ ਉੱਥੇ ਉਨੀ ਹੀ ਜ਼ਿੰਮੇਵਾਰੀ ਤੁਹਾਡੀ ਵੀ ਹੈ ਕਿ ਸਾਨੂੰ ਸਮੇਂ ਰਹਿੰਦੇ ਹੋਏ ਉਹਨਾਂ ਮਸਲਿਆਂ ਨਾਲ ਜਾਣੂ ਕਰਵਾਉਣਾ, ਜਿੱਥੇ ਤੁਸੀਂ ਸਾਨੂੰ ਈਮੇਲ ਰਾਹੀਂ ਰੋਜ਼ਾਨਾ ਦੱਸਦੇ ਹੋ ਔਰ ਰੋਜ਼ਾਨਾ ਆਪਣੇ ਈਮੇਲਸ ਰਾਹੀਂ ਉਹਨਾਂ ਮਸਲਿਆਂ ਨੂੰ ਚੱਕਣ ਦੇ ਲਈ ਕਹਿੰਦੇ ਹੋ, ਜਿੱਥੇ ਅਸੀਂ ਆਪਣੀ ਟੀਮ ਦੇ ਨਾਲ ਸਾਰੀ ਰਿਸਰਚ ਕਰਕੇ ਫਿਰ ਉਸ ਮੁੱਦੇ ਨੂੰ, ਉਸ ਮਸਲੇ ਨੂੰ ਇਸ ਮੰਚ ਦੇ ਉੱਤੇ ਲੈ ਕੇ ਆਉਂਦੇ ਹਾਂ। ਕਾਫੀ ਸਾਰੀ ਈਮੇਲਸ ਜਿਹੜੀਆਂ ਆਈਆਂ, ਉਸ ਈਮੇਲਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇਸ ਮੰਚ ਦੇ ਉੱਤੇ ਅਸੀਂ ਉਸ ਮਸਲੇ ਬਾਰੇ ਵੀ ਗੱਲ ਕਰਾਂਗੇ। ਜ਼ਿੰਮੇਵਾਰੀ ਬਣਦੀ ਹੈ ਕਿ ਜਦ ਅਸੀਂ ਇਸ ਧਰਤੀ ਦੇ ਉੱਤੇ ਆ ਕੇ ਵਸੇ, ਜਿੱਥੇ ਅਸੀਂ ਇੱਥੇ ਦੇ ਲੋਕਲ ਸਿਆਸੀ ਮਸਲਿਆਂ ਨੂੰ ਚੱਕਿਆ, ਧਾਰਮਿਕ ਮਸਲਿਆਂ ਨੂੰ ਚੱਕਿਆ, ਪੰਥਕ ਮਸਲਿਆਂ ਨੂੰ ਚੱਕਿਆ। ਜ਼ਿਕਰਯੋਗ ਹੈ ਕਿ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਨੂੰ ਅਹਿਸਾਸ ਕਰਵਾਇਆ ਕਿ ਸਾਡੇ ਲਈ ਇਸ ਮਸਲੇ ਨੂੰ ਲਿਆਉਣਾ ਵੀ ਜ਼ਰੂਰੀ ਆ। ਜਿੱਥੇ ਅਸੀਂ ਅਮੈਰੀਕਾ ਦੀ ਗੱਲ ਕਰਦੇ ਹਾਂ, ਉੱਥੇ ਅਸੀਂ ਜਿਸ ਮੁਲਕ ਦੇ ਨਾਲ ਸਾਡਾ ਰਾਬਤਾ ਕਾਇਮ ਹੈ, ਜਿਸ ਸੂਬੇ ਦੇ ਨਾਲ ਸਾਨੂੰ ਪਿਆਰ ਹੈ, ਉੱਥੇ ਦੀ ਵੀ ਗੱਲ ਅਸੀਂ ਇਸ ਮੰਚ ਦੇ ਉੱਤੇ ਚੱਕਦੇ ਹਾਂ। ਜਿਵੇਂ ਕਿ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਵੱਖ ਵੱਖ ਦਿਨਾਂ ਦੇ ਉੱਤੇ ਵੱਖ ਵੱਖ ਟੋਪਿਕ ਦੇ ਉੱਤੇ ਗੱਲ ਕਰਾਂਗੇ, ਜਿੱਥੇ ਅਸੀਂ ਕਿਹਾ ਸੀ ਕਿ ਬੱਚਿਆਂ ਨੂੰ ਵੀ ਇਨਵੋਲਵ ਕਰਾਂਗੇ। ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਥਰਸਡੇ ਨੂੰ ਅਸੀਂ ਉਹ ਦਿਨ ਸਪੈਸ਼ਲ ਰੱਖਿਆ, ਜਿੱਥੇ ਅਸੀਂ ਓਪਰਚੁਨਿਟੀ ਦੇ ਰਹੇ ਹਾਂ ਨਵੀਂ ਪਨੀਰੀ ਨੂੰ ਸਾਡੇ ਨਾਲ ਜੁੜਨ ਦੇ ਲਈ। ਆਈ ਵੁੱਡ ਲਾਈਕ ਟੂ ਇਨਵਾਈਟ ਆਲ ਮਾਈ ਯੰਗਰ ਬ੍ਰਦਰਸ ਐਂਡ ਸਿਸਟਰਸ ਔਨ ਥਰਸਡੇ, ਐਂਡ ਦ ਥਰਸਡੇ ਪ੍ਰੋਗਰਾਮ ਸਪੈਸ਼ਲੀ ਡਿਜ਼ਾਈਨ ਫੋਰ ਯੂ ਗਾਇਜ਼, ਵੇਅਰ ਵੀ ਵਿਲ ਟਾਕ ਅਬਾਊਟ ਅਮੈਰੀਕਨ ਪੋਲੀਟਿਕਸ ਐਂਡ ਹਾਊ ਵੀ ਕੈਨ ਬੀ ਅ ਪਾਰਟ ਆਫ ਦਿਸ ਸਪੋਰਟਿਵ ਸਿਸਟਮ ਐਂਡ ਹਾਊ ਵੀ ਕੈਨ ਬੀ ਅ ਪਾਰਟ ਆਫ ਦਿਸ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਇਨ ਟੂ ਦੀ ਐਡਮਿਨਿਸਟ੍ਰੇਟਿਵ ਸਰਵਿਸਿਸ ਐਂਡ ਮੇਨ ਸਟ੍ਰੀਮ ਪੋਲੀਟਿਕਸ। ਅਤੇ ਅਸੀਂ ਥਰਸਡੇ ਦਾ ਦਿਨ ਜਿਹੜਾ ਡਿਸਾਈਡ ਕੀਤਾ ਹੈ ਕਿ ਅਸੀਂ ਜ਼ਰੂਰ ਕੁਝ ਨਾ ਕੁਝ ਜਿਹੜਾ ਹੈਗਾ ਇੱਥੇ ਦੀ ਲੋਕਲ ਗੱਲਾਂ ਜਿੱਥੇ ਅਸੀਂ ਬੱਚਿਆਂ ਨੂੰ ਇਨਵੋਲਵ ਕਰ ਸਕੀਏ। ਪਰ ਅੱਜ ਬੈਕ ਟੂ ਮਦਰਲੈਂਡ ਚਲੀ ਜਾਈਏ ਅਸੀਂ, ਕਿਸੇ ਦੀ ਉਹ ਮਦਰਲੈਂਡ ਹੈ, ਕਿਸੇ ਦੀ ਇਹ ਮਦਰਲੈਂਡ ਹੈ, ਲੇਕਿਨ ਮੈਕਸੀਮਮ ਤਾਦਾਦ ਦੇ ਵਿੱਚ ਸਾਡੇ ਦਰਸ਼ਕਾਂ ਦੀ ਜਿਹੜੀ ਮਦਰਲੈਂਡ ਹੈਗੀ ਉਹ ਇੰਡੀਆ ਹੈਗੀ ਹੈ, ਅਤੇ ਉੱਥੇ ਦੀਆਂ ਖਬਰਾਂ ਅਤੇ ਕੀ ਕੁਝ ਵਾਤਾਵਰਣ ਉੱਥੇ ਵੇਖਣ ਨੂੰ ਮਿਲ ਰਿਹਾ ਅੱਜ ਅਸੀਂ ਇਸ ਮੰਚ ਦੇ ਉੱਤੇ ਰੱਖਾਂਗੇ। ਕਾਫੀ ਸਾਰੀ ਈਮੇਲਸ ਆਈ ਕਿ ਅਸੀਂ ਕਈ ਅਹਿਮ ਮਸਲਿਆਂ ਦੇ ਉੱਤੇ ਗੱਲ ਕਰ ਰਹੇ ਹਾਂ ਜੋ ਕਿ ਪੰਜਾਬ ਦੇ ਨਾਲ ਸੰਬੰਧਿਤ ਹਨ, ਲੇਕਿਨ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਕੀ ਕੁਝ ਸਿਆਸੀ ਗਲਿਆਰਿਆਂ ਦੇ ਵਿੱਚ ਹਵਾਵਾਂ ਚੱਲ ਰਹੀਆਂ ਹਨ, ਉਹ ਹਵਾਵਾਂ ਸੱਤ ਸਮੁੰਦਰ ਪਾਰ ਪਹੁੰਚ ਵੀ ਰਹੀਆਂ ਹਨ, ਔਰ ਉਹਨਾਂ ਹਵਾਵਾਂ ਦੇ ਵਿੱਚ ਕੀ ਕੁਝ ਨਜ਼ਰ ਆ ਰਿਹਾ, ਇਸ ਬਾਰੇ ਅੱਜ ਅਸੀਂ ਗੱਲ ਕਰਾਂਗੇ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ, 2017 ਦੇ ਵਿੱਚ ਜਦ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ਤਾਂ ਇੱਕ ਪਾਰਟੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਹਿਲੀ ਵਾਰ ਹੋਣ ਦੇ ਵਿੱਚ ਆਈ, ਲੇਕਿਨ ਉਸ ਤੋਂ ਪਹਿਲਾਂ 2014 ਦੇ ਵਿੱਚ ਉਹਨਾਂ ਦੀ ਸ਼ੁਰੂਆਤ ਸੀਗੀ ਪੰਜਾਬ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ। ਪੰਜਾਬੀਆਂ ਨੇ ਗੱਫੇ ਉਹਨਾਂ ਨੂੰ ਦਿੱਤੇ, ਇੰਨਾ ਵਧੀਆ ਲੰਗਰ ਲਾਇਆ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਐਂਟਰ ਹੀ ਨਹੀਂ ਬਲਕਿ ਆਪਣੇ ਮਨ ਮੰਦਰਾਂ ਦੇ ਵਿੱਚ ਵਸਾ ਲਿਆ। ਔਰ ਜਦ ਉਹਨਾਂ ਨੇ 2014 ਦੇ ਵਿੱਚ ਇਸ ਗੱਲ ਨੂੰ
ਅਮਲੀ ਜਾਮਾ ਪਹਿਨਾਇਆ ਕਿ ਸਾਡੀ ਇੱਕ ਪਾਰਟੀ ਜਿਹੜੀ ਹੈਗੀ ਹੈ ਉਹ ਨਵੀਂ ਕਿਰਨਾਂ ਲੈ ਕੇ ਆਈ ਹੈ ਪੰਜਾਬ ਦੇ ਵਿੱਚ, ਜੋ ਕਿ ਤਜ਼ਵੀਜ਼ ਰੱਖਦੀ ਹੈ ਨਵੇਂ ਭਵਿੱਖ ਦੀ। ਜੀ ਹਾਂ, ਮੈਂ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੀ, ਜਿਹਨੂੰ ਅਸੀਂ ਬਖੂਬੀ ਆਪ ਦੇ ਨਾਂ ਤੋਂ ਵੀ ਪਹਿਚਾਣਦੇ ਹਾਂ। ਸਿਆਸਤ ਦੇ ਵਿੱਚ ਸਿਆਸੀ ਤੀਰ ਛੱਡੇ ਜਾਂਦੇ ਹਨ, ਸਾਨੂੰ ਪਤਾ, ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਵੀ ਹੁੰਦੀ ਹੈ, ਇੱਕ ਦੂਜੇ ਦੇ ਉੱਤੇ ਇਲਜ਼ਾਮ ਵੀ ਲਗਾਏ ਜਾਂਦੇ ਹਨ, ਕਿਉਂਕਿ ਕੌਨਸਟੀਟਿਊਸ਼ਨ ਤੁਹਾਨੂੰ ਇਜਾਜ਼ਤ ਦਿੰਦਾ ਔਰ ਡੈਮੋਕ੍ਰੇਸੀ ਦੇ ਵਿੱਚ ਆਪਣੀ ਗੱਲ ਰੱਖਣ ਦਾ ਹਰ ਕਿਸੇ ਨੂੰ ਔਰ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ, ਇਸ ਗੱਲ ਨੂੰ ਜ਼ਰੂਰ ਕਹਾਂਗੇ ਕਿ ਉਹਨੂੰ ਫਰੀਡਮ ਹੁੰਦੀ ਹੈ। ਪਰ ਉੱਥੇ ਜਿੱਥੇ ਦੂਜੇ ਪਾਸੇ ਰਵਾਇਤੀ ਪਾਰਟੀਆਂ ਹਰ ਸੂਬੇ ਦੇ ਵਿੱਚ ਕਾਫੀ ਲੰਬੇ ਸਾਲਾਂ ਤੋਂ ਕੰਮ ਕਰਦੀਆਂ ਹਨ ਅਤੇ ਉਹ ਇਹ ਦਰਸਾਉਂਦੀਆਂ ਹਨ ਕਿ ਸਾਡੇ ਤੋਂ ਬਿਹਤਰ ਕੋਈ ਵੀ ਨਹੀਂ, ਲੇਕਿਨ ਜਦ ਪੰਜਾਬ ਨੂੰ ਲੋੜ ਪਈ ਸੀ ਤੀਜੇ ਫਰੰਟ ਦੀ, ਤਾਂ ਮੈਨੂੰ ਲੱਗਦਾ ਕਿੱਥੇ ਅਰਵਿੰਦ ਕੇਜਰੀਵਾਲ ਦੀ ਵੀ ਕਿਸਮਤ ਵਧੀਆ ਸੀਗੀ, ਜਾਂ ਫਿਰ ਇੱਕ ਇਮਾਨਦਾਰ ਸ਼ਵੀ ਦੀ 2014 ਦੇ ਵਿੱਚ ਉੜੀਕ ਹੋ ਰਹੀ ਸੀਗੀ। ਮੇ ਬੀ ਹੀ ਇਜ਼ ਬਲੈਸਡ ਔਰ ਮੇ ਬੀ ਲੋੜ ਸੀਗੀ, ਇਸ ਕਰਕੇ ਅਰਵਿੰਦ ਕੇਜਰੀਵਾਲ ਦਾ ਚਿਹਰਾ ਸਾਹਮਣੇ ਆਇਆ। 2014 ਦੇ ਵਿੱਚ ਆਮ ਆਦਮੀ ਪਾਰਟੀ 4 ਸੀਟਾਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਗਈ ਪੰਜਾਬ ਤੋਂ। ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਆਪਣੀ ਕਿਸਮਤ ਅਜ਼ਮਾਈ ਸੀਗੀ, ਜਿੱਥੇ ਉਹਨਾਂ ਨੂੰ ਬਹੁਮਤ ਸਾਬਿਤ ਨਹੀਂ ਕਰ ਪਾਏ ਸੀਗੇ। ਕਾਂਗਰਸ ਦੇ ਨਾਲ ਰਲ ਕੇ ਉਹਨਾਂ ਨੇ ਲਗਭਗ 50 ਦਿਨਾਂ ਦੀ ਸਰਕਾਰ ਬਣਾਈ ਸੀਗੀ, ਲੇਕਿਨ ਫਿਰ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਮੁੜ ਤੋਂ ਦਿੱਲੀ ਦੇ ਵਿੱਚ ਇਲੈਕਸ਼ਨ ਹੋਏ, ਫਿਰ ਉਹ ਮੈਜੋਰਿਟੀ ਦੇ ਵਿੱਚ 2015 ਦੇ ਵਿੱਚ ਬਕਾਇਦਾ ਫਰਵਰੀ ਦੇ ਵਿੱਚ ਆਪਣੀ ਸਰਕਾਰ ਦਿੱਲੀ ਦੇ ਵਿੱਚ ਬਣਾਉਂਦੇ ਹਨ। 2016 ਦੇ ਵਿੱਚ ਉਹ ਆਪਣੀ ਕਿਸਮਤ ਪੰਜਾਬ ਦੇ ਵਿੱਚ ਅਜ਼ਮਾਉਣਾ ਸ਼ੁਰੂ ਕਰ ਦਿੰਦੇ ਹਨ, ਐਂਟਰ ਹੁੰਦੇ ਹਨ ਵਿਧਾਨ ਸਭਾ ਚੋਣਾਂ ਦੇ ਲਈ ਤਿਆਰੀ ਸ਼ੁਰੂ ਕਰ ਦਿੰਦੇ ਹਨ। 2017 ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਪੰਜਾਬ ਪਾਰਟੀ ਨੂੰ ਸਾਂਭਣ ਦੇ ਲਈ, ਮਾਫੀ ਚਾਹਾਂਗਾ, ਆਮ ਆਦਮੀ ਪਾਰਟੀ ਨੂੰ ਸਾਂਭਣ ਦੇ ਲਈ, ਜਿੱਥੇ ਆਮ ਆਦਮੀ ਪਾਰਟੀ ਆਪਣੇ ਕਈ ਸਾਰੇ ਅਹਿਮ ਮੁੱਦਿਆਂ ਦੇ ਉੱਤੇ ਪੰਜਾਬ ਦੇ ਵਿੱਚ ਐਂਟਰ ਹੁੰਦੀ ਹੈ 2017 ਦੇ ਵਿੱਚ, ਔਰ ਤੀਜੀ ਫਰੰਟ ਵੰਜੋ ਉਹ ਕਾਂਗਰਸ ਪਾਰਟੀ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਸਤਕ ਦਿੰਦੀ ਹੈ ਔਰ ਕਹਿੰਦੀ ਹੈ ਕਿ ਅਸੀਂ ਤੀਜਾ ਫਰੰਟ ਪੰਜਾਬ ਦੇ ਵਿੱਚ ਖੜ੍ਹੇ ਹੋ ਚੁੱਕੇ ਹਾਂ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਹੱਲਾਸ਼ੇਰੀ 2014 ਦੇ ਵਿੱਚ ਪਾਰਲੀਮੈਂਟ ਇਲੈਕਸ਼ਨਸ ਦੇ ਵਿੱਚ ਦਿੱਤੀ, ਜਿੱਥੇ 4 ਮੈਂਬਰ ਆਫ ਪਾਰਲੀਮੈਂਟ ਬਣਾ ਕੇ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਦੇ ਵਿੱਚ ਭੇਜੇ। ਉਹਨਾਂ ਨੂੰ ਲੱਗਿਆ ਕਿ ਹੁਣ ਦਿੱਲੀ ਵੀ ਸਾਡਾ ਅਤੇ ਪੰਜਾਬ ਵੀ ਸਾਡਾ। ਕਿਹਾ ਜਾਂਦਾ ਨਾ ਕਦੀ ਕਵਾਰ ਕਿ ਦਿੱਲੀ ਅਭੀ ਦੂਰ ਹੈ, ਦਿੱਲੀ ਉਹਨਾਂ ਦੇ ਲਈ 2015 ਦੇ ਵਿੱਚ ਦੂਰ ਨਹੀਂ ਸੀਗੀ, ਉਹ ਜਿੱਤ ਗਏ, ਲੇਕਿਨ ਪੰਜਾਬ ਦੇ ਵਿੱਚ ਜਦ ਉਹਨਾਂ ਨੇ ਚੋਣਾਂ ਲੜਨੀਆਂ ਸ਼ੁਰੂ ਕੀਤੀਆਂ ਤਾਂ 117 ਸੀਟਾਂ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਲਗਭਗ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ 100 ਸੀਟਾਂ 'ਤੇ ਲੈ ਕੇ ਆ ਸਕਦੀ ਹੈ। ਸਿਆਸੀ ਦਾਂਵ ਪੇਚ ਜਿਹੜੇ ਨੇ ਉਹ ਕਿਸ ਵੇਲੇ ਬਦਲ ਜਾਂਦੇ ਹਨ ਪਤਾ ਹੀ ਨਹੀਂ ਲੱਗਦਾ। ਇਹ ਕ੍ਰਿਕਟ ਦੀ ਉਹ ਪਾਰੀ ਹੈ ਕਿ ਕਦ ਬੈਟਸਮੈਨ LBW 'ਤੇ ਆਊਟ ਹੋ ਜਾਏ ਔਰ ਕਦ ਆਪਣੀ ਬੋਲ ਜਿਹੜੀ ਹੈ ਉਹ ਕਿਸੇ ਦੇ ਹੱਥਾਂ ਦੇ ਵਿੱਚ ਫੜਾ ਦੇ ਔਰ ਕਦ ਰਨ ਆਊਟ ਹੋ ਜਾਏ ਪਤਾ ਨਹੀਂ ਲੱਗਦਾ। ਲੇਕਿਨ ਲੋਕਾਂ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਉੱਤੇ ਵਿਸ਼ਵਾਸ ਕੀਤਾ 2015 ਦੇ ਵਿੱਚ, ਲੋਕਾਂ ਨੇ 2017 ਦੇ ਵਿੱਚ, ਮੈਂ ਪੰਜਾਬ ਦੇ ਨਾਲ ਇਸ ਕਰਕੇ ਜੋੜ ਰਿਹਾ ਕਿਉਂਕਿ ਸਿੱਧੀ ਅੱਖ ਕੇਜਰੀਵਾਲ ਦੀ ਦਿੱਲੀ ਤੋਂ ਬਾਅਦ ਪੰਜਾਬ ਦੀ ਸੀਗੀ, ਪੰਜਾਬ ਦੇ ਬਾਅਦ ਉਹ ਬਕਾਇਦਾ ਗੋਆ ਵੀ ਲੜਨ ਗਏ, ਛੱਤੀਸਗੜ੍ਹ ਵੀ ਲੜੇ,
लेकिन उत्थे उन्होंने हार का सामना करना पिया क्योंकि हर स्टेट के अपने मुद्दे होंदे हन। उन्हां मुद्दों के उत्ते जब कोई भी भावें वह रिवायती पार्टी है भावें वह नवी पार्टी है चोणां लड़दी है तो उन्हों उस हिसाब नाल वोट मिलते हैं। पर मैं हुण मुड़ तो दिल्ली आ जावां तो इस गल नूं जरूर कहना पवेगा कि 9 फरवरी नूं दिल्ली विधानसभा चोणां 2020 होण जा रही हैं जिदा नतीजा 11 फरवरी नूं आ सकता है और 11 फरवरी तो बाद पता चलूगा कि मुख्यमंत्री दिल्ली का कौन बनेगा। लेकिन हाल फिलहाल दे विच दिल्ली दे विच तस्वीर की हैगी है अरविंद केजरीवाल की वो मैं आज इस मंच के उत्ते जरूर रखना चाहुंना कि कांग्रेस पार्टी और बीजेपी बीजेपी जो कि केंद्र दे विच भी है और अमित शाह दी लंबे समय तो जिवें अर्जन दी उस मच्छी दे अख दे विच नज़र सीगी एवें ही अमित शाह दी दिल्ली दे उते नज़र है। तीर जिहड़ा ओ छड़नगे की ओ अर्जन वांग मच्छी दे अख ते जाके वजूगा कि नहीं वजूगा वड्डा सवाल बनदा। लेकिन उत्थे दूजे पासे अरविंद केजरीवाल बहुत कॉन्फिडेंस नज़र आ रहे हैं उन्होंने जिहड़ी कॉन्फिडेंस लैवल हैगा वह नज़र आ रहा कि असी दिल्ली दे विच पिछले 5 सालों के बहुत वड्डे पद्धर ते काम किया असी बिजली जिहड़ी हैगी है वह 200 यूनिट तक फ्री की है और पानी का बिल तो लोगों के कोल आए ही नहीं रहा। एजुकेशन पद्धर की गल करिए एजुकेशन दे विच भी उन्होंने परचम लहराया ए सारे बयान खुद आप अरविंद केजरीवाल वालों वख वख प्लेटफॉर्मा दे उत्ते जाके दिते गए हैं। बकायदा इंडिया दे विच जिहड़ी मीडिया हैगी है उन्होंने यह वड्डे वड्डे मंच लाए वैस्ट दिल्ली नॉर्थ दिल्ली साउथ दिल्ली वख वख दिल्ली दे जिहड़े डिस्ट्रिक्ट्स हैगे हन उहदे विच जाके अरविंद केजरीवाल ने बकायदा प्रोग्राम किया और लोगों नूं अपने 5 साल का वेरवा दे के कहा कि मुड़ तो तुसीं मैनूं चुनो क्योंकि मैं यह 5 साल दे विच तुहाडे लई काम किया। जिवें कि मैंने तुहानूं दस्सिया कि बिजली की गल उन्होंने कही असी फ्री की असी पानी दे बिल जिहड़े ने लोगों के नहीं आ रहे यानी कि बिजली अते पानी मुफ्त हैगी है दिल्ली दे विच और जद साडी टीम ने इस बारे जानकारी हासिल करन दी कोशिश की तो लोगों के बयान सामने आए कि वाकई ही मेरे घर का बिल जिहड़ा हैगा वह नहीं आया पिछले 5 सालों के मैं इन्नी बिजली यूज़ की हैगी है तो मैनू इन्नी बिजली तक मैनू बिल माफ जिहड़ा है मेरा किया गया क्योंकि जिम्मेवारी बनती है कि जब कोई गल कह रहा है मिनिस्टर क्योंकि मिनिस्टरां दे उत्ते सानू एतबार नहीं होंदा मीडिया की जिम्मेवारी होंदी है उस दे दित्ते हुए बयान नू जाके लोकां तों पुछया जावे कि वाकई ही यह गल हुई है तो कई ने जवाब दिता कि साडे नाल होया। कई दे बयान ए भी आए कि जिवें 5 साल पहले साडे बिल आउंदे सीगे साडे बिल ओ है लेकिन ज़्यादा मैक्सीमम तादाद दे विच लोकां ने कहा कि सानू फायदा पहुँचया। हुण मैं अगर एजुकेशन दे मियार नूं वधाउण दी गल जिवें केजरीवाल ने कीती सीगी उन्होंने कहा कि असी गौरमेंट स्कूल जिहड़े ने वो प्राइवेट स्कूल वांग तब्दील कर दिते हन ते जिथे प्राइवेट स्कूल दे विच बच्चा 2500 तो लैके 10,000 तक की पर मंथ की फीस भरदा इत्थे गवर्नमेंट स्कूल दे विच 500 रुपया दे के यानी कि 500 रुपये दे विच वो वधिया किताब वधिया यूनिफॉर्म वधिया खाना पीना यानी कि 500 रुपये भी उहदे आप दे नहीं यानी कि घरदियां दे लगते हैं उहदे विच भी सरकार मदद करती है और वह भी मणि उन्होंने रिटर्न किया जाता कि यह जिहड़े बयान ने वख वख आम आदमी पार्टी के लीडरों वालों दिते गए। उस तो बाद जब सेहत की गल करिए उन्होंने कहा कि असी हस्पतालों के काफ़ी सारे इलाज जिहड़े ने वो फ्री कर दिते हैं कोई भी जिहड़ा टेस्ट करवाउण दे लई तुहानूं पहलां पैसा देना पैंदा सीगे वड्डी तुहानूं फीस देनी पैंदी सीगी लैब टेस्ट तुहाडे जिहड़े हुंदे सीगे उन्हां दे विच तुसीं जाके वड्डी गिणती दे विच फीस देंदे सीगे ओ वी असी माफ़ कराए हन। नवी तकनीकां जिहड़ियां हस्पतालां दे विच जरूरियां सीगियां सगों असी ओ वी तकनीकां लै के आए हां ते कई सारे अहम दावे जिहड़े ने अरविंद केजरीवाल वल्लों किते जा रहे हैं। हुण वेखणा इह होवेगा कि मुड़ तों उन्हां दी दिल्ली हुंदी है कि नहीं या फिर अमित शाह जिहड़ी अख लगा के बैठे हन ते ओ अख
ਕੀ ਉਹਨਾਂ ਦੀ ਮਿਲਦੀ ਹੈ ਜਾਂ ਫਿਰ ਕਾਂਗਰਸ ਜਿਹੜੀ ਹੈ ਅਗਰ ਕੋਈ ਅਜਿਹਾ ਸੀਐਮ ਉਮੀਦਵਾਰ ਮੈਦਾਨ ਦੇ ਵਿੱਚ ਛੱਡ ਦਿੰਦੀ ਹੈ ਤਾਂ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ। ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ, ਲਗਭਗ 70 ਸੀਟਾਂ ਦੇ ਉੱਤੇ ਚੋਣਾਂ ਹੋਣਗੀਆਂ। 67 ਸੀਟਸ ਆਲਰੇਡੀ ਆਮ ਆਦਮੀ ਪਾਰਟੀ ਪਿਛਲੀ ਚੋਣਾਂ ਦੇ ਵਿੱਚ ਜਿੱਤੀ ਸੀਗੀ, ਜਿਹਦੇ ਵਿੱਚ 3 ਬੀਜੇਪੀ ਦੀ ਸੀਟਾਂ ਸੀਗੀਆਂ। ਹੁਣ ਮੈਂ ਆਪਣੇ ਦਰਸ਼ਕਾਂ ਤੋਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ, ਜੇਕਰ ਅਗਰ ਮੁੜ ਤੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਜਿੱਤਦੀ ਹੈ ਤਾਂ ਕੀ 2022 ਦੇ ਵਿੱਚ ਜਦ ਵਿਧਾਨ ਸਭਾ ਚੋਣਾਂ ਹੋਣਗੀਆਂ ਪੰਜਾਬ ਦੇ ਵਿੱਚ, ਕਿਉਂਕਿ ਆਮ ਆਦਮੀ ਪਾਰਟੀ ਜ਼ਰੂਰ ਆਪਣੀ ਕਿਸਮਤ ਮੁੜ ਤੋਂ ਦੁਹਰਾਏਗੀ, ਕੀ 17 ਸੀਟਾਂ ਜਿਹੜੀਆਂ ਹੁਣ ਆਮ ਆਦਮੀ ਪਾਰਟੀ ਨੂੰ ਹਾਲ ਫਿਲਹਾਲ ਦੇ ਵਿੱਚ ਮਿਲੀਆਂ ਹਨ ਉਹਦੇ ਵਿੱਚ ਕੁਝ ਤਬਦੀਲੀ ਸਾਨੂੰ ਵੇਖਣ ਨੂੰ ਮਿਲੇਗੀ ਪੰਜਾਬ ਦੇ ਵਿੱਚ। ਦਿੱਲੀ ਦੇ ਜਿਹੜੇ ਚੋਣ ਹੋਣਗੀਆਂ, ਅਰਵਿੰਦ ਕੇਜਰੀਵਾਲ ਨੇ ਜਿਹੜੀ ਆਪਣੀ ਗੱਲਾਂ ਔਰ ਆਪਣੀ ਕੰਮ ਦੀ ਗੱਲ ਜਿਹੜੀ ਹੈ ਉਹ ਜਦ ਮੀਡੀਆ ਦੇ ਵਿੱਚ ਜਾ ਕੇ ਕਹੀ ਤਾਂ ਉਹਦੀ ਜਿਹੜੀ ਗੂੰਜ ਹੈਗੀ ਹੈ ਉਹ ਜ਼ਰੂਰ ਸੱਤ ਸਮੁੰਦਰ ਪਾਰ ਵੀ ਪਹੁੰਚੀ ਹੈ, ਕਿਉਂਕਿ ਅਸੀਂ ਉਹੀ ਪੰਜਾਬੀ ਹਾਂ, ਅਸੀਂ ਉਹੀ ਹਾਂ ਜਿਹਨੇ ਅਰਵਿੰਦ ਕੇਜਰੀਵਾਲ ਦੇ ਉੱਤੇ 2017 ਦੇ ਵਿੱਚ ਯਾਨੀ ਕਿ ਆਮ ਆਦਮੀ ਪਾਰਟੀ ਦੇ ਉੱਤੇ ਵਿਸ਼ਵਾਸ ਕੀਤਾ ਸੀਗਾ। ਕਈ ਸਾਰੀਆਂ ਖਬਰਾਂ ਪੰਜਾਬ ਤੋਂ ਸਾਹਮਣੇ ਵੀ ਆਈਆਂ ਸੀਗੀਆਂ ਕਿ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ ਤੀਲਾ ਹੋਇਆ, ਲੇਕਿਨ ਉਸ ਤੀਲੇ ਤੀਲੇ ਨੂੰ ਕੀ ਆਮ ਆਦਮੀ ਪਾਰਟੀ ਦੇ ਨਵੇਂ ਥਾਪੇ ਗਏ ਪ੍ਰਧਾਨ ਪੰਜਾਬ ਦੇ ਭਗਵੰਤ ਮਾਨ ਉਹਨੂੰ ਸਾਂਭ ਪਾਉਣਗੇ। ਲੇਕਿਨ ਅੱਜ ਕੱਲ੍ਹ ਤਾਂ ਭਗਵੰਤ ਮਾਨ ਸਾਹਿਬ ਦਿੱਲੀ ਦੇ ਵਿੱਚ ਬਿਜ਼ੀ ਹਨ, ਕਿਉਂਕਿ ਦਿੱਲੀ ਦੇ ਵਿੱਚ ਚੋਣਾਂ ਦਾ ਵਿਗੁਲ ਵੱਜ ਚੁੱਕਿਆ ਹੈ। ਲਿਆਵਾਂਗੇ ਇਸ ਮੰਚ ਦੇ ਉੱਤੇ ਵੱਖ ਵੱਖ ਸਿਆਸੀ ਧਿਰਾਂ ਨੂੰ ਔਰ ਕਰਾਂਗੇ ਉਹਨਾਂ ਦੇ ਨਾਲ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਅਸੀਂ ਜ਼ਰੂਰ ਗੱਲ ਕਰਾਂਗੇ ਹੁਣ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਬਣੀ ਹੋਈ ਹੈ। ਕਈ ਵਾਰੀ ਖਬਰਾਂ ਅਸੀਂ ਸੁਣੀਆਂ ਕਿ ਆਮ ਆਦਮੀ ਪਾਰਟੀ ਦਾ ਝਾੜੂ ਜਿਹੜਾ ਹੈਗਾ ਉਹ ਤੀਲਾ ਤੀਲਾ ਵੀ ਹੋਇਆ ਔਰ ਕਈ ਵਾਰ ਉਸ ਝਾੜੂ ਨੂੰ ਸਾਂਭ ਨਹੀਂ ਪਾਈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ। ਲੇਕਿਨ ਦਿੱਲੀ ਦੇ ਵਿੱਚ ਹੁਣ ਚੋਣਾਂ ਹਨ, 2022 ਤੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਹਵਾ ਬਣ ਸਕਦੀ ਹੈ। ਸੱਤ ਸਮੁੰਦਰ ਪਾਰ ਮੈਂ ਇਸ ਗੱਲ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਜਦ ਵੀ ਕੋਈ ਹਵਾ ਪਹੁੰਚਦੀ ਹੈ ਤਾਂ ਅਸੀਂ ਜ਼ਰੂਰ ਉਹਨਾਂ ਦੀ ਮਦਦ ਕਰਨ ਦੇ ਲਈ ਹਮੇਸ਼ਾ ਅੱਗੇ ਆਉਂਦੇ ਹਾਂ ਔਰ ਅਸੀਂ ਆਈਏ ਵੀ ਕਿਉਂ ਨਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਸੂਬਾ ਜ਼ਰੂਰ ਤਰੱਕੀ ਕਰੇ ਔਰ ਉਸ ਤਰੱਕੀ ਦੀ ਰਾਹ ਦੇ ਵਿੱਚ ਤੁਰਦਾ ਹੋਇਆ ਉਸ ਪਾਸੇ ਪਹੁੰਚੇ ਜਿੱਥੇ ਅਸੀਂ ਉਸ ਸੂਬੇ ਨੂੰ ਵੇਖਣਾ ਚਾਹੁੰਦੇ ਹਾਂ। ਕਈ ਸਾਰੇ ਸਾਡੇ ਭਰਾ ਇੱਥੋਂ ਦੀ ਬਕਾਇਦਾ ਜਾ ਕੇ ਆਮ ਆਦਮੀ ਪਾਰਟੀ ਦੀ ਕੰਪੇਨਿੰਗ ਵੀ ਕਰਦੇ ਹਨ ਔਰ ਕੰਪੇਨਿੰਗ ਦੇ ਨਾਲ ਨਾਲ ਉਹ ਇਸ ਗੱਲ ਨੂੰ ਜ਼ਰੂਰ ਸਮਝਦੇ ਹਨ ਕਿ ਅਸੀਂ ਉਸ ਬੰਦੇ ਦਾ ਸਾਥ ਦੇ ਰਹੇ ਹਾਂ ਜਿਹਦੇ ਨਾਲ ਸਾਨੂੰ ਇੱਕ ਸੁਨਹਿਰਾ ਭਵਿੱਖ ਮਿਲੇਗਾ ਔਰ ਭਰੋਸਾ ਕਰਦੇ ਹਾਂ ਕਿ ਵਾਕਈ ਹੀ ਇਹ ਜ਼ਮੀਨੀ ਪੱਧਰ 'ਤੇ ਕੰਮ ਕਰੇਗਾ। ਦਲੇਰ ਸਿੰਘ ਜੀ ਨਿਊਯਾਰਕ ਤੋਂ ਗਏ ਹੋਏ ਨੇ ਬਕਾਇਦਾ ਕੈਂਪੇਨਿੰਗ ਕਰਨ। ਓਵਰਸੀਜ਼ ਦੀ ਜਦ ਗੱਲ ਆਉਂਦੀ ਹੈ ਤਾਂ ਡਿਊਟੀ ਉਹਨਾਂ ਦੀ ਲੱਗਦੀ ਹੈ। ਅਰਵਿੰਦ ਕੇਜਰੀਵਾਲ ਦੇ ਨਾਲ ਰਹਿਣਗੇ। ਹਾਲ ਫਿਲਹਾਲ ਦੇ ਵਿੱਚ ਕੀ ਕੁਝ ਮਾਹੌਲ ਦਿੱਲੀ ਦੇ ਵਿੱਚ ਬਣਿਆ ਹੋਇਆ ਉਹਦੀ ਜਾਣਕਾਰੀ ਲੈ ਲੈਂਦੇ ਹਾਂ। ਦਲੇਰ ਸਿੰਘ ਜੀ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਦਲੇਰ ਜੀ, ਕੀ ਕੁਝ ਮਾਹੌਲ ਵੇਖਣ ਨੂੰ ਮਿਲ ਰਿਹਾ ਦਿੱਲੀ ਦੇ ਵਿੱਚ, ਕੀ ਕਹਿੰਦੀਆਂ ਹਨ ਹਵਾਵਾਂ ਉੱਥੇ, ਦਿੱਲੀ ਕਿੰਨੀ ਦੂਰ ਹੈਗੀ ਹੈ? ਸਾਰੇ ਲੋਕ ਸਹਿਮਤ ਹਨ ਕਿਉਂਕਿ ਕੇਜਰੀਵਾਲ ਨੇ ਜੋ ਕੰਮ ਕੀਤੇ ਉਹਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਜਿਹੜੇ ਗਰੀਬ ਤਬਕਾ ਜਿਹੜੇ ਆਮ ਗਰੀਬ ਹੈ ਸਾਰੀ ਕੇਜਰੀਵਾਲ ਦੇ ਨਾਲ ਹੈ। ਦਲੇਰ ਸਿੰਘ ਜੀ, ਇਹੀ ਗੱਲ ਜਦ 2017 ਦੇ ਵਿੱਚ ਕੇਜਰੀਵਾਲ ਕਹਿ ਰਹੇ ਸੀਗੇ ਮੇਰੇ ਨਾਲ ਪੂਰਾ ਪੰਜਾਬ ਹੈਗਾ, ਤਾਂ ਫਿਰ ਉਹਨਾਂ ਨੂੰ ਜਦ ਵੇਖਣਾ ਪਿਆ ਕਿ ਜਿਹੜੀ ਸੀਟਾਂ ਦੀ ਉਮੀਦ ਉਹ ਕਰ ਰਹੇ ਸੀਗੇ 19 ਸੀਟਾਂ ਉਹਨਾਂ ਨੂੰ ਨਹੀਂ ਮਿਲੀਆਂ, ਇਸ ਵਾਰ 70 ਦੇ ਵਿੱਚ ਕੀ ਆਂਕੜਾ ਤੁਹਾਨੂੰ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦਾ? ਦੇਖੋ ਜਿਹੜਾ ਪੰਜਾਬ ਦਾ ਮਾਹੌਲ ਸੀਗਾ ਨਾ, ਮਾਹੌਲ ਬਹੁਤ ਵਧੀਆ ਬਣਿਆ ਸੀਗਾ, ਸਾਰਾ ਕੁਛ ਹੈ ਸੀ ਕਿ ਆ ਜਾਂਦੇ, ਲੇਕਿਨ ਜਿਹੜੀ
आम आदमी पार्टी की गलती रही जिदा कि उठ का जरा मुख्य मंत्री डिक्लेयर नहीं कर सके टाइम सर या उसके उत्ते पता की गल सी मेन जरा मेन मुद्दा सीगा मेन मुद्दा यह सीगा कि जरा केजरीवाल का एक आम सोच सी जी असी सा गलबात हुई कि वह चाहते थे कि जे दिल्ली के मेरी सरकार है लेकिन दिल्ली के जरा भी मैं जी गवर्नमेंट है पुलिस वो हाथ च नहीं हैगी प्रशासन वो हाथ च नहीं है जी म्युनसिपल कमेटी उन्होंने हाथ च नहीं हैगी लेकिन सरकार कल भी काम नहीं कर सकती लेकिन वह चाहते थे पंजाब जो मेरी पार्टी बनती है मैं उसे जाके मुख्यमंत्री बन के मैं काम करके दिखाव पूरे इंडिया में कि मुख्यमंत्री का की फर्ज होंगे ने की काम करना चाहिए ने लेकिन उस स्टाफ ने देखा कि इतने तो किसी होर ने उन्हें बनाया कि लेकिन आप उसे जाके पंजाब काम करना ही लोगों का तरीका थी। दलेर सिंह जी एक गल दा होर मैनू दस्यो सिख मसलों को लैके भी गल सामने आ रही है उड़दी उड़दी खबर दिल्ली तो सामने आई है कि केजरीवाल की सरकार जब अगर जित जाती है दिल्ली दे विच तां उस तो बाद वो अपनी किस्मत जरूर आजमाएगी दिल्ली सिख गुरद्वारा प्रबंधक कमेटी की चोणों के आन की भी इस खबर के उत्ते कितनी सच्चाई है सिख मसलों को लैके सिख पैरोकारों वालों दिल्ली तो यह भी खबर उड़ती हुई सत समुद्र पार पहुंची है इस टिप्पणी की करना चाहोगे? देखो जो हम सीधी सीधी उन्होंने टक्कर हो गई तो फिर उसे भी आम गई करे तो सारा कुछ करके जो चंगे काम करना चाहते हैं उन्होंने जिन्हें हम मैं एक नॉर्मल गल हैगी है देखोगे जो स्कूल ने या उ बिजली का प्रबंध है स्कूलों का प्रबंध है वो जिन्हिया भी सड़क ने जगह जगह से बाथरूम बना दिए गए ने हर थान से हर फैसिलिटी दी गई वो इस हिसाब से जो जो साढ़े गुरु घर भी जो हो रहा है जेकर आ जाए उ प्रबंध चंगा वो करते जो भी जो राजनीति के चार साढ़े प्रबंध जिन्हें खराब किए गए ने उसे माहौल खराब किया गया वो माहौल किदा किता जाए तो होती चाहिए। ठीक है दलेर सिंह जी यह भी गल सुनने मिल रही है साढ़े सोर्सिस तो कि जेडे बागी होके गए हैं श्रोमणी अकाली दल बादल तो वह केजरीवाल के नाल सुर दे नाल सुर मिला सकते हैं जिदे विच सब तो पहला ना आता है मनजीत सिंह जी के होरां दा लेकिन जो इन्होंने एक पार्टी का एक मकसद भी है कि जो बागी नहीं नहीं लड़ा लेकिन वो बागी नहीं है उन्होंने कड़ दिता गया वो भजे नहीं लेकिन उन्होंने कड़ दिता गया किसी कारण करके लेकिन तो जेकर एक बागी होंगे जो तो भज जाना या उसकी करके सब मंत्री बन के दूसरी कार्ड भजना तो एक पक्षी गल है लेकिन एक कोई ना कोई वो इल्जाम ला के कर दिता जाए फिर साबित ना हो लेकिन उसू असी पार्टी लै सकते हैं चक्कर जरा जेकर हो सकता तो अं जरूर करा किसी भी बंद जरा चंगा आदमी है जरा चंगा कौम लिए काम कर रहे हैं उन्होंने अगर लिया की पूरी कोशिश करेंगे। दलेर जी की दिल्ली की जित अगर होंगी है केजरीवाल की ओदा आने वाले समय के 2022 भी चोणा हैं तुहानू लगता है कि वह फायदा पहुँचूगा केजरीवाल नू? हाँ जी बहुत फर्क पड़ेगा उस गल का क्योंकि जो हम काम मैं इतने आम तौर पर मैं हरियाणा भी गया मैं पंजाब भी गया जी हर थान भी गया देखो कोई भी बंदा है कई कई दूसरी पार्टियां भी जो एम एल ए चंगे ने जो चंगे काम करते हैं पब्लिक लिए सू मेन देखना चाहिए कि काम कौन कर रहा है चंगा काम करना चाहिए मैं कोई यह नहीं गल कहता भी कोई बंदा करप्ट है तो नहीं वोट पाओ चाहे किसी भी पार्टी है
ਠੀਕ ਹੈ ਜੀ, ਚਲੋ ਚਲੋ ਜੀ। ਤੇ ਬੀਜੇਪੀ ਤੇ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ ਹੁਣ ਦਿੱਲੀ ਦੇ ਵਿੱਚ? ਦਲੇਰ ਸਿੰਘ ਜੀ, ਬੀਜੇਪੀ ਨੇ ਵਾਵਾ ਕੱਟ ਇਕੱਠਾ ਕੀਤਾ ਹੋਇਆ ਸੀਗਾ ਤਾਲ ਕਟੋਰਾ ਸਟੇਡੀਅਮ ਦੇ ਵਿੱਚ, ਠਾਟਾ ਮਾਰਦਾ ਹੋਇਆ ਕੱਟ ਸੀਗਾ। ਅਮਿਤ ਸ਼ਾਹ ਕਹਿੰਦੇ ਹਨ ਸਾਨੂੰ ਤਾਂ ਕੋਈ ਰੋਕ ਹੀ ਨਹੀਂ ਸਕਦਾ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ। ਤੇ ਕਹਿਣ ਦਾ ਭਾਵ ਹੈ ਕਿ ਵਿਸ਼ਵਾਸ ਕੀਤਾ ਜਾ ਸਕਦਾ ਕੇਜਰੀਵਾਲ ਦੇ ਉੱਤੇ? ਚਲੋ ਹੁਣ ਗਲਤ ਹੈ ਬਣਦੀ ਹੈ ਕਿ ਵਿਸ਼ਵਾਸ ਦਿੱਲੀ ਦੀ ਜਨਤਾ ਮੁੜ ਤੋਂ ਅਰਵਿੰਦ ਕੇਜਰੀਵਾਲ ਦੇ ਉੱਤੇ ਕਰੇਗੀ ਕਿ ਨਹੀਂ ਕਰੇਗੀ। ਅਸੀਂ ਬੀਜੇਪੀ ਦੇ ਬੁਲਾਰਿਆਂ ਨੂੰ ਵੀ ਇਸ ਮੰਚ ਦੇ ਉੱਤੇ ਸੱਦਾ ਦਿੱਤਾ ਸੀਗਾ, ਲੇਕਿਨ ਕਿਸੇ ਕਾਰਨਵਸ਼ ਉਹ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚ ਸਕੇ। ਬਕਾਇਦਾ ਅਸੀਂ ਕਾਂਗਰਸ ਦੇ ਵੀ ਜਿਹੜੇ ਬੁਲਾਰੇ ਹਨ ਉਹਨਾਂ ਨੂੰ ਵੀ ਬੁਲਾਇਆ ਸੀਗਾ, ਅਤੇ ਬਕਾਇਦਾ ਅਸੀਂ ਦਿੱਲੀ ਦੇ ਸਿਟਿੰਗ CM ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੀ ਕੋਸ਼ਿਸ਼ ਕਰ ਰਹੇ ਹਾਂ ਇਸ ਮੰਚ ਦੇ ਉੱਤੇ ਲਿਆਉਣ ਦੀ, ਜਿੱਥੇ ਸਾਡੀ ਗੱਲ ਉਹਨਾਂ ਦੇ ਨਾਲ ਹੋਈ ਸੀਗੀ ਅਤੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਮੈਂ ਜ਼ਰੂਰ ਆਵਾਂਗਾ ਔਰ ਆਪਣੇ NRI ਭਰਾਵਾਂ ਨੂੰ ਇੱਕ ਸੁਨੇਹਾ ਦੇਵਾਂਗਾ। ਅਤੇ ਟੀਮ ਸਾਡੀ ਕੋਸ਼ਿਸ਼ ਕਰ ਰਹੀ ਹੈ, ਜਿਵੇਂ ਸਾਡੇ ਨਾਲ ਜੁੜਦੇ ਹਨ ਅਤੇ ਅਸੀਂ ਉਹਨਾਂ ਨੂੰ ਵੀ ਇਸ ਮੰਚ ਦੇ ਉੱਤੇ ਲੈ ਕੇ ਆਵਾਂਗੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਅਤੇ ਰੁਕ ਰਿਹਾ ਔਰ ਮੈਂ ਆਪਣੇ ਦਰਸ਼ਕਾਂ ਨੂੰ ਸੱਦਾ ਦੇਣਾ ਹੁਣ ਇਸ ਮੰਚ ਦੇ ਉੱਤੇ ਕਿ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਪ੍ਰਤੀਕਰਮ ਇਸ ਮੰਚ ਦੇ ਉੱਤੇ ਰੱਖੋ। ਤੁਹਾਨੂੰ ਕੀ ਲੱਗਦਾ, ਆਮ ਆਦਮੀ ਪਾਰਟੀ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਬਕਾਇਦਾ ਅਰਵਿੰਦ ਕੇਜਰੀਵਾਲ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਕਿਉਂਕਿ ਇਹ ਉਹੀ ਅਰਵਿੰਦ ਕੇਜਰੀਵਾਲ ਹਨ ਜੋ ਕਿ 2017 ਦੇ ਵਿੱਚ ਪੰਜਾਬ ਦੇ ਵਿੱਚ ਚੋਣ ਲੜਨ ਗਏ ਸੀਗੇ, ਜਿੱਥੇ ਇਹਨਾਂ ਨੂੰ ਸ਼ਿਕਸਤ ਕਾਂਗਰਸ ਵੱਲੋਂ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ 'ਤੇ ਰਹੀ। ਲੇਕਿਨ ਜੇ 2020 ਦੇ ਵਿੱਚ, ਯਾਨੀ ਕਿ ਇਸ ਸਾਲ ਦੇ ਵਿੱਚ ਫਰਵਰੀ ਦੇ ਵਿੱਚ, ਅਗਰ ਮੁੜ ਤੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣਦੇ ਹਨ, ਕੀ 2022 ਦੇ ਵਿੱਚ ਪੰਜਾਬੀ ਉਹਨਾਂ ਦਾ ਸਾਥ ਦੇਣਗੇ ਜਾਂ ਫਿਰ 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ ਤੀਲਾ ਹੋਵੇਗਾ? ਵੱਡਾ ਸਵਾਲ ਬਣਦਾ। ਲਵਾਂਗੇ ਤੁਹਾਡੇ ਪ੍ਰਤੀਕਰਮ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਾਫੀ ਸਾਰੇ ਕਾਲਰਸ ਮੇਰੇ ਨਾਲ ਇਸ ਟਾਈਮ ਜੁੜੇ ਹੋਏ ਹਨ ਔਰ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ। ਲੈਂਦੇ ਅਸੀਂ ਆਪਣੇ ਪਹਿਲੇ ਕਾਲਰ ਦੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਹਰਪੀਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਜਿਹੜਾ ਮੁੱਦਾ ਲਿਆਂਦਾ ਇਹ ਹੈਗੀ ਆ ਇਲੈਕਸ਼ਨ 8 ਨੂੰ ਆ ਕਿ 9 ਨੂੰ ਆ ਦਿੱਲੀ ਦੀ? 9 ਨੂੰ ਇਲੈਕਸ਼ਨ ਹੈਗੀ ਹੈ ਜੀ, 11 ਨੂੰ ਰਿਜ਼ਲਟ ਹੈਗਾ ਜੀ। ਮੈਂ ਕਿਹਾ ਪਹਿਲਾਂ 8 ਨੂੰ ਅਨਾਉਂਸ ਕੀਤੀ ਸੀ, ਚਲੋ ਕੋਈ ਨਹੀਂ ਫੇਰ। ਬਾਕੀ ਜਿਹੜੇ ਤੁਸੀਂ ਕਹਿੰਦੇ ਨਾ ਦਿੱਲੀ ਦੇ ਵੀ ਹੁਣ ਲੜਨੇ ਆ ਗੁਰਦੁਆਰਾ ਕਮੇਟੀ ਦੀ, ਜੀ 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 ਜੀ, ਬਾਕੀ ਉਹ 3 ਜਿਹੜੇ ਸਿੱਖਾਂ ਦੇ ਸਿੱਖ ਸੀ ਉਹਨਾਂ ਦੇ ਟਿਕਟਾਂ ਹੀ ਕੱਢ ਦਿੱਤੀਆਂ, ਇਹਦਾ ਕੀ ਹਿਸਾਬ ਹੋਊਗਾ? ਵੱਡਾ ਸਵਾਲ ਬਣਦਾ ਜੀ ਇਹ ਵੀ ਕਿ ਜਿਹੜੀਆਂ ਕੱਟੀਆਂ ਗਈਆਂ ਹਨ ਬਕਾਇਦਾ ਜਿਹੜੇ ਕੈਂਡੀਡੇਟਸ ਪਹਿਲਾਂ ਐਲਾਨੇ ਗਏ ਸੀਗੇ ਉਹਦੇ ਵਿੱਚ, ਹੁਣ ਇਹ ਵੀ ਵੱਡੇ ਸਵਾਲ ਬਣਦੇ ਹਨ ਕਿ ਟਿਕਟਾਂ ਆਖਿਰਕਾਰ ਕਿਉਂ ਕੱਟੀਆਂ ਗਈਆਂ, ਸਿੱਖ ਚਿਹਰੇ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਮੁੜ ਤੋਂ ਕਿਉਂ ਨਹੀਂ ਉਤਾਰੇ ਗਏ? ਜਰਨੈਲ ਸਿੰਘ ਨੂੰ ਭੇਜਿਆ ਸੀਗਾ ਜੀ, ਆਪਣਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਚੋਣ ਲੜਾਈ ਸੀਗੀ ਉਹਨਾਂ ਨੂੰ ਕੌਨਫੀਡੈਂਸ ਸੀਗਾ ਕਿ ਜਿਵੇਂ ਮੈਂ ਦਿੱਲੀ ਦੇ ਵਿੱਚ ਸੈਂਟਰਲ ਦਿੱਲੀ ਤੋਂ ਸ਼ੀਲਾ ਦੀਕਸ਼ਿਤ ਦੇ ਅਗੇਂਸਟ ਜਿੱਤਿਆ ਸੀਗਾ ਤੇ ਜਰਨੈਲ ਸਿੰਘ ਵੀ ਜਿੱਤ ਸਕਦੇ ਹਨ ਬਾਦਲ ਦੇ ਖਿਲਾਫ, ਉਹੀ ਗੱਲ ਹੈ। ਪਤਾ ਨੀ ਹੁਣ ਦਿੱਲੀ ਦੀ ਗੁਰਦੁਆਰਾ ਕਮੇਟੀ ਦਾ ਕਿੱਦਾਂ ਲੜੂਗਾ, ਪਹਿਲਾਂ ਇਧਰੋਂ ਤੁਰੇ ਹੋਏ ਸਿੱਖ ਹੁਣ ਦਿੱਲੀ ਨੂੰ, ਉਧਰੋਂ ਇਹ ਪੰਜਾਬ ਨੂੰ ਤੁਰੇ ਤੇ ਕਿੱਥੇ ਜਾ ਕੇ ਲੜਨਗੇ ਇਲੈਕਸ਼ਨ?
ਜੀ 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 ਇਹ ਕਹਿੰਦੇ ਅਸੀਂ ਦਿੱਲੀ ਜਾ ਕੇ ਲੜਨਾ ਅਕਾਲੀ ਦਲ ਕਹਿੰਦਾ ਜੀ 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 ਇੱਦਾਂ ਹੈ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਉਹ ਓਕੇ ਜੀ ਥੈਂਕ ਯੂ ਜੀ ਮਿਹਰਬਾਨੀ ਤੁਹਾਡੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਰੱਖੇ ਮੇਰੇ ਨਾਲ ਹੋਰ ਵੀ ਕਾਲਰਸ ਨੇ ਉਹਨਾਂ ਦੇ ਵੀ ਅਸੀਂ ਕਾਲ ਲੈ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਜੀ ਮੈਂ ਇੱਥੋਂ ਕੈਲੀਫੋਰਨੀਆ ਬੋਲ ਰਿਹਾ ਕਰਨੈਲ ਸਿੰਘ ਜੀ ਜੀ ਕਰਨੈਲ ਸਿੰਘ ਜੀ ਕੀ ਹਾਲ ਨੇ ਠੀਕ ਹੋ ਹਾਂਜੀ ਠੀਕ ਆ ਜੀ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਹੀ ਕਹਿਣਾ ਚਾਹੁੰਦਾ ਵੀ ਇਲੈਕਸ਼ਨ ਜਿਹੜੀ 9 ਨੂੰ 8 ਨੂੰ ਹੈ ਜੀ 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 ਮੈਂ ਦਰਸ਼ਕਾਂ ਤੋਂ ਮਾਫੀ ਚਾਹਾਂਗਾ ਮੈਂ 9 ਦੀ ਜਿਹੜੀ ਡੇਟ ਹੈਗੀ ਹੈ ਇੱਥੇ ਦੀ ਸਵੇਰ ਦੀ ਗੱਲ ਕਰਦਾ 8 ਦੀ ਗੱਲ ਦਿੱਲੀ ਦੀ ਜੀ 8 ਫਰਵਰੀ ਤੋਂ ਇਲੈਕਸ਼ਨ ਔਰ 11 ਨੂੰ ਰਿਜ਼ਲਟ ਨੇ ਜੀ ਹਾਂ 11 ਨੂੰ ਰਿਜ਼ਲਟ ਜੀ 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 ਤੇ ਉਹ ਜਿਹੜਾ ਆਪਣੇ ਪਹਿਲੇ ਕਾਲਰ ਨੇ ਕਿਹਾ ਨਾ ਸਿੱਖ ਸਭ ਜਿਹੜੇ ਚਿਹਰੇ ਨੇ ਉਹਨਾਂ ਨੂੰ ਵੋਟ ਨਹੀਂ ਦਿੱਤੀਆਂ ਸੀਟਾਂ ਉਹ ਦੇਣੀਆਂ ਚਾਹੀਦੀਆਂ ਸੀ ਵੈਸੇ ਜੀ 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 ਜਰਨੈਲ ਸਿੰਘ ਜਿਹੜੇ ਸੀਗੇ ਰਾਜੌਰੀ ਗਾਰਡਨ ਤੋਂ ਉਹਨਾਂ ਨੂੰ ਟਿਕਟ ਜਿਹੜੀ ਸੀਗੀ ਬਕਾਇਦਾ ਦਿੱਤੀ ਗਈ ਸੀਗੀ ਲੇਕਿਨ 2017 ਦੇ ਵਿੱਚ ਉਹਨਾਂ ਨੂੰ ਪੰਜਾਬ ਤੋਂ ਲੜਵਾਇਆ ਜਾਂਦਾ ਜਿੱਥੇ ਉਹਨਾਂ ਦੀ ਹਾਰ ਹੋ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਾਹਮਣੇ ਉਹ ਲੜਦੇ ਹਨ ਬਾਦਲ ਪਿੰਡ ਤੋਂ ਅਤੇ ਉਹਨਾਂ ਦਾ ਕਰੀਅਰ ਖਤਮ ਹੋ ਜਾਂਦਾ ਉੱਥੇ ਹੀ ਹਰੀਨਗਰ ਜਿਹੜਾ ਹੈਗਾ ਇਲਾਕਾ ਰਾਜੌਰੀ ਗਾਰਡਨ ਦੇ ਨਾਲ ਉੱਥੇ ਜਗਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਲੇਕਿਨ ਕਈ ਕਾਰਨਾਂ ਕਰਕੇ ਇਹ ਵੀ ਸੁਣਨ ਦੇ ਵਿੱਚ ਸਾਹਮਣੇ ਆਇਆ ਸੀਗਾ ਕਿ ਜਿਹੜੇ ਤਿਲਕ ਨਗਰ ਦੇ MLA ਹਨ ਜਰਨੈਲ ਸਿੰਘ ਉਹਨਾਂ ਦਾ ਵੀ ਨਾਮ ਜਰਨੈਲ ਸਿੰਘ ਹੈਗਾ ਆਪਸੀ ਮਤਭੇਦ ਕਰਕੇ ਉਹਨਾਂ ਦੇ ਜਿਹੜੇ ਸੁਰ ਨਹੀਂ ਮਿਲਦੇ ਸੀਗੇ ਦੋਵੇਂ ਸਿੱਖ ਚਿਹਰੇ ਸੀਗੇ ਲੇਕਿਨ ਕਈ ਵਾਰੀ ਸ਼ਿਕਾਇਤਾਂ ਜਿਹੜੀਆਂ ਹਨ ਉਹ ਹਾਈ ਕਮਾਨ ਦੇ ਕੋਲ ਪਹੁੰਚੀਆਂ ਯਾਨੀ ਕਿ ਆਮ ਆਦਮੀ ਪਾਰਟੀ ਦੇ ਕੋਲ ਸੀਨੀਅਰ ਲੀਡਰਸ਼ਿਪ ਦੇ ਕੋਲ ਪਹੁੰਚੀਆਂ ਜਿਸ ਕਰਕੇ ਉਹ ਵੀ ਸਾਹਮਣਾ ਜਿਹੜਾ ਹੈਗਾ ਕਰਨਾ ਪਿਆ ਅਤੇ ਉੱਥੇ ਹੀ ਜੰਗਪੁਰਾ ਤੋਂ ਅਗਰ ਮੈਂ ਗੱਲ ਕਰਾਂ ਦਿੱਲੀ ਦੀ ਜੋ ਕਿ ਸਾਊਥ ਦਿੱਲੀ ਪੈ ਜਾਂਦਾ ਉੱਥੇ ਧਿਰ ਜਿਹੜੇ ਸੀਗੇ ਜਿਨ੍ਹਾਂ ਨੂੰ ਬਕਾਇਦਾ BJP ਨੇ ਸਪੀਕਰ ਵੀ ਬਣਾਇਆ ਸੀਗਾ ਔਰ ਉਹ ਆਮ ਆਦਮੀ ਪਾਰਟੀ ਛੱਡ ਕੇ BJP ਦੇ ਵਿੱਚ ਚਲੇ ਗਏ ਸੀਗੇ ਜਿੱਥੇ BJP ਨੇ ਉਹਨਾਂ ਨੂੰ ਟਿਕਟ ਦਿੱਤੀ ਸੀਗੀ ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਉਹ ਸਭ ਤੋਂ ਪਹਿਲਾਂ ਸਪੀਕਰ ਰਹੇ ਸੀਗੇ ਜਦ ਲਗਭਗ 50 ਦਿਨਾਂ ਦੀ ਸਰਕਾਰ ਜਦ ਆਮ ਆਦਮੀ ਪਾਰਟੀ ਨੇ ਚਲਾਈ ਸੀਗੀ ਅਤੇ ਇਹ ਸਿੱਖ ਚਿਹਰੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ 70 ਸੀਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਹਾਵੀ ਹੋਏ ਸੀਗੇ ਜਿਨ੍ਹਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਵਿਸ਼ਵਾਸ ਕੀਤਾ ਲੇਕਿਨ ਇਹ ਵੱਡੀ ਖਬਰ ਹੈਗੀ ਹੈ ਮੈਂ ਇਸ ਗੱਲ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਸਿੱਖ ਚਿਹਰਿਆਂ ਨੂੰ ਇਸ ਵਾਰ ਸਾਹਮਣੇ ਨਹੀਂ ਲਿਆਂਦਾ ਗਿਆ ਫਰਕ ਜੀ ਅਗਰ ਮੈਂ ਰਾਜੌਰੀ ਗਾਰਡਨ ਦੀ ਗੱਲ ਕਰਾਂ ਤਾਂ ਉੱਥੇ ਮਨਜਿੰਦਰ ਸਿੰਘ ਸਿਰਸਾ ਜੋ ਕਿ ਚੋਣ ਲੜਦੇ ਹਨ ਫੁੱਲ ਦੇ ਨਿਸ਼ਾਨ ਦੇ ਉੱਤੇ ਕਮਲ ਦੇ ਨਿਸ਼ਾਨ ਦੇ ਉੱਤੇ ਠੀਕ ਹੈ ਜੀ ਪਾਰਟੀ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਹੈ ਦੁਚਿੱਤੀ ਇੱਥੇ ਵੀ ਪੈਦਾ ਹੁੰਦੀ ਹੈ ਚਲੋ ਖੈਰ ਕੋਈ ਨਹੀਂ ਜਰਨੈਲ ਸਿੰਘ ਜਿਹੜੇ ਸੀਗੇ ਉਹ ਜਿੱਤ ਕੇ ਸਾਹਮਣੇ ਆਏ ਸੀਗੇ ਜਦ 2015 ਦੇ ਵਿੱਚ ਸਰਕਾਰ ਬਣਦੀ ਹੈ ਮਨਜਿੰਦਰ ਸਿੰਘ ਸਿਰਸਾ ਹਾਰ ਗਿਆ ਸੀਗਾ ਤਾਂ ਹੁਣ ਰਾਜੌਰੀ ਗਾਰਡਨ ਦੇ ਵਿੱਚ ਜਿਹੜਾ ਚਿਹਰਾ ਹੈ ਉਹ ਹੁਣ ਕੌਣ ਉਤਰਦਾ ਇੱਕ ਵੱਡੀ ਜ਼ਿੰਮੇਵਾਰੀ ਵੀ ਦੇਖਣ ਨੂੰ ਮਿਲਦੀ ਹੈ ਕਿ ਜਰਨੈਲ ਸਿੰਘ ਦੇ ਉੱਤੇ ਮੁੜ ਤੋਂ ਵਿਸ਼ਵਾਸ ਕੀਤਾ ਜਾ ਸਕਦਾ ਲੇਕਿਨ ਮੈਨੂੰ ਕਈ ਸਾਰੇ ਲੋਕਾਂ ਨੇ ਇਹ ਵੀ ਦੱਸਿਆ ਕਿ ਜਰਨੈਲ ਸਿੰਘ ਜਿਹੜੇ ਰਾਜੌਰੀ ਗਾਰਡਨ ਵਾਲੇ ਸੀਗੇ ਉਹਨਾਂ ਦਾ ਐਟੀਟਿਊਡ ਜਿਹੜਾ ਹੈਗਾ ਬੜੀ ਈਗੋ ਪ੍ਰੋਬਲਮ ਦੀ ਵੀ ਗੱਲ ਜਿਹੜੀ ਸੀਗੀ ਉਹਨਾਂ ਦੇ ਵਿੱਚ ਵੇਖਣ ਨੂੰ ਮਿਲੀ ਸੀਗੀ ਔਰ ਇਹ ਸਿਰਫ ਸਾਡੇ ਸਿੱਖ ਭਰਾਵਾਂ ਨੇ ਹੀ ਨਹੀਂ ਬਲਕਿ ਕਈ ਸਾਰੇ ਕਮਿਊਨਿਟੀ ਦੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਭਾਵੇਂ ਉਹ ਇੱਥੇ ਵੱਸਦੇ ਹਨ ਭਾਵੇਂ ਉਹ ਦਿੱਲੀ ਦੇ ਵਿੱਚ ਵੱਸਦੇ ਹਨ ਭਾਵੇਂ ਉਹ ਪੰਜਾਬ ਦੇ ਵਿੱਚ ਵੱਸਦੇ ਹਨ ਵਰਲਡ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹਨ ਤਾਂ ਉਹਨਾਂ ਦੀ ਰਿਪੋਰਟ ਕਾਰਡ ਜਦ ਦਿੱਤੀ ਗਈ ਸੀਗੀ ਬਖੂਬੀ ਜਦ ਮੈਂ ਖੁਦ ਆਪ ਕਿੰਨੀ ਵਾਰ ਇੰਟਰਵਿਊ ਕੀਤਾ ਤਾਂ ਕਦੀ ਵੀ ਉਹਨਾਂ ਨੇ ਸਿੱਖ ਮਸਲਿਆਂ ਨੂੰ ਮੈਂ ਮਾਫੀ ਚਾਹਾਂਗਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕਦੀ ਨਹੀਂ ਚੱਕਿਆ ਔਰ ਬਕਾਇਦਾ ਜਰਨੈਲ ਸਿੰਘ ਜਿਹੜੇ ਨੇ ਤਿਲਕ ਨਗਰ ਵਾਲੇ ਉਹ ਹਮੇਸ਼ਾ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਨਜ਼ਰ ਆਏ ਉਸੇ ਦਾ ਨਤੀਜਾ ਹੈ ਕਿ ਉਹਨਾਂ ਨੂੰ ਮੁੜ ਤੋਂ ਤਿਲਕ ਨਗਰ ਤੋਂ ਟਿਕਟ ਦੇਣੀ ਜਿਹੜੀ ਹੈਗੀ ਹੈ ਉਹ ਦਿੱਤੀ ਗਈ ਹੈ ਜਗਦੀਪ ਸਿੰਘ ਜੀ ਤਿਲਕ ਨਗਰ ਤੋਂ ਜੀ ਅਤੇ ਹੁਣ ਦਿੱਲੀ ਦੇ ਹਰੀਨਗਰ ਇਲਾਕੇ ਤੋਂ ਇੱਕ ਵੱਡਾ ਸਵਾਲ ਬਣਦਾ ਕਿ ਹੁਣ ਜਗਦੀਪ ਸਿੰਘ ਜਿਹੜੇ ਨੇ ਉਹ ਚਿਹਰਾ ਕਿਉਂ ਨਹੀਂ ਬਣੇ ਜਾਂ ਫਿਰ ਅਗਰ ਮੁੜ ਤੋਂ ਬਣਦੇ ਹਨ ਤਾਂ ਹਜੇ 15 ਜਿਹੜੇ ਸਿਟਿੰਗ MLA ਨੇ ਉਹਨਾਂ ਨੂੰ ਵੀ ਮੁੜ ਤੋਂ ਟਿਕਟ ਦਿੱਤੀ ਗਈ ਹੈ ਜਿਹੜੇ ਵੱਖ ਵੱਖ ਆਪਣੇ ਵਿਧਾਨ ਸਭਾ
ਖੇਤਰ ਦੇ ਵਿੱਚ ਨੇ ਉਹਨਾਂ ਨੂੰ ਮੁੜ ਤੋਂ ਟਿਕਟ ਦਿੱਤੀ ਗਈ ਹੈ, ਲੇਕਿਨ ਫਾਈਨਲ ਲਿਸਟ ਜਿਹੜੀ ਹੈ ਉਹ ਮੈਨੂੰ ਲੱਗਦਾ ਬਹੁਤ ਛੇਤੀ ਆ ਜਾਣੀ ਹੈ। ਨੋਮੀਨੇਸ਼ਨ ਤੇ ਸ਼ੁਰੂ ਹੋ ਗਈ 14 ਜੀ 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 ਬੀਜੇਪੀ ਦਾ ਚਿਹਰਾ ਜਿਹੜਾ ਹੈਗਾ ਉਹ ਹਜੇ ਤੱਕ ਜਿਹੜਾ ਹੈ ਅਨਾਊਂਸ ਨਹੀਂ ਹੋਇਆ, ਜਿੱਥੇ ਕਿਆਸ ਲਗਾਏ ਜਾ ਰਹੇ ਹਨ। ਮਨੋਜ ਤਿਵਾਰੀ ਜੋ ਕਿ ਐਮ ਪੀ ਹਨ, ਪੇਸ਼ੇ ਤੋਂ ਵੈਸੇ ਉਹ ਸਿੰਗਰ ਸੀਗੇ, ਐਕਟਰ ਸੀਗੇ, ਭੋਜਪੁਰੀ ਫਿਲਮਾਂ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਨੇ ਕੰਮ ਕੀਤਾ ਹੋਇਆ ਬੀਜੇਪੀ ਦਾ। ਜੀ 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 ਤੇ ਬੀਜੇਪੀ ਦੀ ਤਰਫੋਂ ਉਹਨਾਂ ਨੂੰ ਚਿਹਰਾ ਬਣਾਇਆ ਜਾ ਸਕਦਾ ਹੈ। ਵਿਜੇ ਗੋਇਲ ਹਨ, ਹੁਣ ਕੈਬਨਿਟ ਮਿਨਿਸਟਰ ਹਨ ਜੀ, ਉਹਨਾਂ ਨੂੰ ਬਣਾਇਆ ਜਾ ਸਕਦਾ ਹੈ। ਡਾਕਟਰ ਹਰਸ਼ ਵਰਧਨ ਜਿਹੜੇ ਨੇ ਉਹਨਾਂ ਦੇ ਉੱਤੇ ਅਮਿਤ ਸ਼ਾਹ ਜਿਹੜਾ ਵਿਸ਼ਵਾਸ ਬਹੁਤ ਕਰਦੇ ਹਨ, ਬਹੁਤ ਕਰੀਬੀ ਹਨ ਡਾਕਟਰ ਹਰਸ਼ ਵਰਧਨ ਅਮਿਤ ਸ਼ਾਹ ਦੇ, ਉਹਦੇ ਉੱਤੇ ਉਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ। ਲੇਕਿਨ ਬੀਜੇਪੀ ਹਜੇ ਵੀ ਖੋਜ ਕਰ ਰਹੀ ਹੈ ਕਿ ਸੀਐਮ ਚਿਹਰਾ ਜਿਹੜਾ ਹੈ ਮੈਦਾਨ ਦੇ ਵਿੱਚ ਉਤਾਰਿਆ ਜਾਏ, ਤਾਂ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਸੀਐਮ ਚਿਹਰੇ ਤੋਂ ਵੀ ਸਾਹਮਣੇ ਆਉਂਦਾ। ਪਰ ਮੇਰਾ ਖਿਆਲ ਨਹੀਂ, ਲੋਕੀ ਭਾਵੇਂ ਖੁੱਲ੍ਹ ਕੇ ਬਾਹਰ ਨਹੀਂ ਕਹਿ ਰਹੇ, ਪਰ ਅੰਦਰੂਨੀ ਤੌਰ 'ਤੇ ਉਹ ਆਮ ਆਦਮੀ ਪਾਰਟੀ ਦੇ ਨਾਲ। ਬਿਲਕੁਲ, ਅਰਵਿੰਦਰ ਸਿੰਘ ਲਵਲੀ ਦੀ ਮੈਂ ਗੱਲ ਕਰ ਲਵਾਂ, ਜੋ ਕਿ ਸ਼ੀਲਾ ਦੀਕਸ਼ਿਤ ਦੀ ਸਰਕਾਰ ਦੇ ਵਿੱਚ ਟਰਾਂਸਪੋਰਟ ਮਿਨਿਸਟਰ ਵੀ ਸੀਗੇ, ਉਹ ਆਮ ਆਦਮੀ ਪਾਰਟੀ ਜਦ ਆਈ ਸੀਗੀ ਤਾਂ ਬੜੇ ਕੌਨਫੀਡੈਂਸ ਸੀਗੇ ਕਿ ਮੈਂ ਆਮ ਆਦਮੀ ਪਾਰਟੀ ਨੂੰ ਆਪਣੇ ਵਿਧਾਨ ਸਭਾ ਜਿਹੜਾ ਸਾਡਾ ਹੈਗਾ ਹਲਕਾ ਉੱਥੇ ਮੈਂ ਆਰਾਮ ਨਾਲ ਹਰਾ ਸਕਦਾ, ਮੇਰੇ ਸਾਹਮਣੇ ਕੋਈ ਨਹੀਂ ਜਿੱਤ ਸਕਦਾ। ਲੇਕਿਨ ਅਰਵਿੰਦਰ ਸਿੰਘ ਲਵਲੀ ਬਹੁਤ ਵੱਡੇ ਸਿੱਖ ਚਿਹਰੇ ਸੀਗੇ, ਜਿਨ੍ਹਾਂ ਦੇ ਉੱਤੇ 15 ਸਾਲ ਉਹ ਐੱਮ ਐੱਲ ਏ ਰਹੇ, ਲੇਕਿਨ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਵੀ ਦੱਸ ਦੇਵਾਂ ਕਿ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਸੀਗੀ, ਬਕਾਇਦਾ ਅਮਿਤ ਸ਼ਾਹ ਨੇ ਉਹਨਾਂ ਨੂੰ ਸਟੇਜ 'ਤੇ ਖੜ੍ਹੇ ਹੋ ਕੇ ਬੀਜੇਪੀ ਪਾਰਟੀ ਜੁਆਇਨ ਕਰਾਈ ਸੀਗੀ। ਕਿਆਸ ਇਹ ਵੀ ਲਗਾਏ ਜਾ ਰਹੇ ਸੀਗੇ ਕਿ ਅਰਵਿੰਦਰ ਸਿੰਘ ਲਵਲੀ ਜਦ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਸੀਗੀ, ਕਿਤੇ ਹੋ ਸਕਦਾ ਹੈ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਵਿੱਚ ਵੀ ਜਾਣ। ਲੇਕਿਨ ਅਰਵਿੰਦਰ ਸਿੰਘ ਲਵਲੀ ਦੀ ਮਾਂ ਪਾਰਟੀ ਜਿਹੜੀ ਸੀਗੀ ਕਾਂਗਰਸ, ਉਹ ਉਹਨਾਂ ਨੂੰ ਲੱਗਦਾ ਸ਼ਾਇਦ ਬੁਲਾ ਰਹੀ ਸੀਗੀ, ਅਤੇ ਮੁੜ ਤੋਂ ਬੀਜੇਪੀ ਛੱਡ ਕੇ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ। ਜੀ 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 ਟਰਾਂਸਪੋਰਟ ਮਿਨਿਸਟਰ ਰਹੇ, ਐਜੂਕੇਸ਼ਨ ਮਿਨਿਸਟਰ ਰਹੇ, ਕਈ ਸਾਰੀ ਮਿਨਿਸਟਰੀ ਉਹਨਾਂ ਦੇ ਕੋਲ ਰਹੀ। ਮਿਹਰਬਾਨੀ ਤੁਹਾਡੀ, ਅਤੇ ਮੇਰੇ ਨਾਲ ਕਾਫੀ ਸਾਰੇ ਕਾਲਰਸ ਹੋਰ ਵੀ ਜੁੜੇ ਹੋਏ ਹਨ, ਉਹਨਾਂ ਨੂੰ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਰਕੀਰਤ ਜੀ, ਮੈਂ ਰਿਛਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ ਬੋਲ ਰਹੇ। ਹਾਂਜੀ ਬਾਜਵਾ ਸਾਹਿਬ, ਠੀਕ ਹੋ? ਸਤਿ ਸ਼੍ਰੀ ਅਕਾਲ। ਹਾਂ ਬਿਲਕੁਲ ਠੀਕ ਹੈ ਜੀ। ਤੁਸੀਂ ਅੱਜ ਬੜਾ ਚੰਗਾ ਪੁੱਛਿਆ ਸਵਾਲ ਕੰਪੈਰੀਜ਼ਨ 'ਚ ਜੀ, ਬਈ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਜੀ, ਉੱਥੇ ਆਮ ਆਦਮੀ ਪਾਰਟੀ ਦੀ ਗੌਰਮੈਂਟ ਹੈ ਜੀ, ਅਗਰ ਉਹ ਉੱਥੇ ਜਿੱਤਦੇ ਆ ਤੇ ਪੰਜਾਬ ਦੇ ਵਿੱਚ ਕੀ ਅਸਰ ਹੋਊ? ਜੀ ਜੀ, ਮੈਂ ਇਸ ਇਸ਼ੂ ਤੇ ਗੱਲ ਕਰਦਾ। ਬਿਲਕੁਲ ਬਿਲਕੁਲ। ਦੇਖੋ ਜਦੋਂ ਸਟੇਟ ਦੀ ਇਲੈਕਸ਼ਨ ਹੁੰਦੀ ਹੈ ਜੀ, ਇੱਕ ਸੈਂਟਰ ਦੀ ਹੁੰਦੀ ਹੈ ਜੀ, ਤੇ ਹਰ ਸਟੇਟ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ ਹੱਕ ਦੇ ਵਿੱਚ ਕਿਹੜੀ ਪਾਰਟੀ ਹੈ ਜੋ ਸਾਡੇ ਜਿਹੜੇ ਕੰਮਾਂ ਦੀ ਲੋੜ ਆ ਉਹ ਕਰਨ ਜਾ ਰਹੀ ਹੈ। ਐਗਜ਼ੈਕਟਲੀ। ਹੁਣ ਜਿਵੇਂ ਇੱਕ ਆਪਾਂ ਸਿੱਧੀ ਜਿਹੀ ਐਗਜ਼ਾਮਪਲ ਲਈਏ, ਪੰਜਾਬ ਹੈ ਜੀ, ਪੰਜਾਬ 70 ਸਾਲ ਤੋਂ ਜਿਵੇਂ ਉਹ ਸਾਡੇ ਜ਼ਿਮੀਦਾਰ ਕਣਕ ਬੀਜੀ ਜਾਂਦੇ ਆ ਤੇ ਮੁੜ ਕੇ ਝੋਨਾ ਬੀਜ ਲੈਂਦੇ ਆ ਜੀ ਜੀ ਜੀ, ਨਾ ਕਣਕ ਚੋਂ ਕੁਛ ਮਿਲਦਾ ਤੇ ਨਾ ਝੋਨੇ ਚੋਂ ਕੁਛ ਮਿਲਦਾ ਜੀ ਜੀ, ਤੇ ਗਵਰਨਮੈਂਟ ਉੱਤੋਂ ਕਹੀ ਜਾਂਦੀ ਆ ਤੁਸੀਂ ਜੀ ਡਾਇਵਰਸੀਫਿਕੇਸ਼ਨ ਕਰੋ ਡਾਇਵਰਸੀਫਿਕੇਸ਼ਨ ਜੀ, ਇਹ ਕਿਸੇ ਨੇ ਨਹੀਂ ਕੀਤੀ। ਐਵੇਂ ਹੀ ਅਸੀਂ ਇਲੈਕਸ਼ਨਾਂ 'ਚ ਇੱਕ ਵਾਰੀ ਕਾਂਗਰਸ ਨੂੰ ਜਿਤਾ ਲੈਂਦੇ ਹਾਂ, ਇੱਕ ਵਾਰੀ ਅਸੀਂ ਅਕਾਲੀਆਂ ਨੂੰ ਜਿਤਾ ਲੈਂਦੇ ਜੀ, ਸੋ ਸਾਨੂੰ ਇਹ ਇਲੈਕਸ਼ਨ ਦੇ ਵੀ ਚੋਣ ਦੇ ਇਹ ਦੋ ਫਸਲੀ ਕੰਮ 'ਚੋਂ ਨਿਕਲਣਾ ਚਾਹੀਦਾ। ਐਗਜ਼ੈਕਟਲੀ। ਉਹਦੇ ਵਿੱਚ ਵੇਖੋ ਜਿਹੜੀ ਥਰਡ ਪਾਰਟੀ ਤੁਹਾਡਾ ਤੁਹਾਨੂੰ ਚੰਗੀ ਲੱਗਦੀ ਹੈ ਮੁੱਦਿਆਂ 'ਚ ਉਹਦੇ ਕਰੋ। ਠੀਕ ਹੈ, ਹੁਣ ਆਪਾਂ ਆਏ ਦਿੱਲੀ 'ਤੇ ਜੀ। ਦਿੱਲੀ ਇੱਕ ਐਸੀ ਸਟੇਟ ਹੈ ਜਿੱਥੇ ਬਹੁਤ ਹੀ ਸੂਬਿਆਂ ਤੋਂ ਲੋਕ ਉੱਥੇ ਰਹਿੰਦੇ ਜੀ, ਪਰ ਕਾਫੀ ਲੋਕ ਉੱਥੇ ਪੜ੍ਹੇ ਲਿਖੇ ਵੀ ਹੈਗੇ ਆ ਜੀ। ਹੁਣ ਕੇਜਰੀਵਾਲ ਨੇ ਜੋ ਵੀ ਇਲੈਕਸ਼ਨ ਜਿੱਤੀ ਹੈ ਉਹਨੇ ਸਕੂਲਾਂ ਦਾ, ਬਿਜਲੀ ਦਾ, ਹੋਰ ਜਿੰਨੇ ਸਾਰੇ ਕੰਮ ਆ ਬਹੁਤ ਚੰਗੇ ਕੀਤੇ ਜੀ ਜੀ। ਇਸ ਕਰਕੇ ਅਗਰ ਵੋਟਰ ਉੱਥੋਂ ਦਾ ਬਹੁਤ ਅੱਛਾ ਹੋਏਗਾ, ਜਿਵੇਂ ਕਿ ਉਹ ਸਮਝਦਾਰ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਕੇਜਰੀਵਾਲ ਨੂੰ ਵਾਪਸ ਰਿਟਰਨ ਕੀਤਾ ਜਾਏਗਾ। ਠੀਕ ਹੈ, ਲੇਕਿਨ ਮੈਂ ਇੱਕ ਸਵਾਲ ਇੱਥੇ ਮੇਰਾ ਮੈਨੂੰ ਚੇਤੇ ਆ ਜਾਂਦਾ, ਜਦ ਤੁਸੀਂ ਪੰਜਾਬ ਦੀ ਗੱਲ ਕੀਤੀ ਤਾਂ ਤੁਹਾਨੂੰ ਲੱਗਦਾ ਕਿ ਮੌਕਾ ਇੱਕ ਵਾਰੀ 2017 ਦੇ ਵਿੱਚ ਪੰਜਾਬੀਆਂ ਨੂੰ ਦੇਣਾ ਚਾਹੀਦਾ ਸੀਗਾ ਕੇਜਰੀਵਾਲ ਨੂੰ, ਜਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਹਾਰ ਦਾ ਕਾਰਨ ਵੱਡਾ ਕੀ ਹੋ ਸਕਦਾ? ਤੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੀ। ਠੀਕ ਹੈ, ਨਹੀਂ ਦਿੱਤਾ, ਕਿਉਂ ਨਹੀਂ ਦਿੱਤਾ, ਆਪਾਂ ਤਾਂ ਉੱਥੇ ਵੋਟਰ ਹੈ ਨਹੀਂ। ਹਾਂ, ਪਰ ਉਹ ਮੈਂ ਇਹ ਗੱਲ ਕਰਦਾ ਕਿ ਅਗਰ ਭਗਵੰਤ ਮਾਨ ਨੂੰ, ਦੂਜੇ ਨੂੰ, ਕੇਜਰੀਵਾਲ ਨੂੰ ਤੁਸੀਂ ਕਰਪਸ਼ਨ ਦੇ ਨਾਂ ਲਾ ਦਿਓ ਜੀ, ਇਹਨਾਂ ਨੇ ਬੜਾ ਪੈਸਾ ਖਾ ਲਿਆ, ਇੱਕ ਜਾਂ ਡੇਢ ਸਾਲ 'ਚ ਇੱਕ ਆਦਮੀ ਕਿੰਨਾ ਕੁ ਪੈਸਾ ਖਾ ਸਕਦਾ ਉੱਥੋਂ?
ਜੀ 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 ਹੋਰ ਤਾਂ ਉਹਨਾਂ ਨੇ ਕੋਈ ਬਦਨਾਮੀ ਨਹੀਂ ਕੀਤੀ, ਇਹ ਕੀਤੀ ਜੇ ਪੈਸੇ ਲੈ ਗਏ ਜੀ ਦੂਜੇ ਦਾ। ਕਿਹੜੀ ਪਾਰਟੀ ਹੈ ਜਿਹਦੇ ਚ ਇਲੈਕਸ਼ਨ ਲੜਨ ਵਾਸਤੇ ਪੈਸੇ ਦੀ ਲੋੜ ਨਹੀਂ ਹੈ? ਸੋ ਮੇਰੇ ਹਿਸਾਬ ਚ ਤਾਂ ਉਹਨਾਂ ਨੂੰ ਜਿਤਾਉਣਾ ਚਾਹੀਦਾ ਸੀ। ਤੇ ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਸੁਖਪਾਲ ਖਹਿਰਾ, ਗੁਰਪ੍ਰੀਤ ਘੁੱਗੀ, ਸੁੱਚਾ ਸਿੰਘ ਛੋਟੇਪੁਰ, ਹਰਜਿੰਦਰ ਸਿੰਘ ਖਾਲਸਾ, ਕਈ ਸਾਰੇ ਅਜਿਹੇ ਨਾਮ ਨੇ ਜਿਹੜੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਨ੍ਹਾਂ ਨੇ ਭੁਚਾਲ ਵਾਕੀ ਵੱਡੇ ਪੱਧਰ 'ਤੇ ਲੈ ਕੇ ਆਏ ਸੀਗੇ? ਔਰ ਉਹ ਹਾਂਜੀ, ਉਹਦੇ 'ਚ ਇਹ ਗੱਲ ਹੈ ਜੀ, ਪੰਜਾਬ ਦਾ ਵੋਟਰ ਵੀ ਬੜਾ ਡਿਫਰੈਂਟ ਹੈ ਅਤੇ ਵੋਟਰਾਂ ਵਿੱਚੋਂ ਸਾਡਾ ਲੀਡਰ ਵੀ ਬੜਾ ਡਿਫਰੈਂਟ ਹੈ। ਬਿਲਕੁਲ ਬਿਲਕੁਲ ਬਿਲਕੁਲ, ਪੰਜਾਬ ਵਿੱਚ ਸਭ ਤੋਂ ਜ਼ਿਆਦਾ ਸਮੱਗਰੀ ਇਲੈਕਸ਼ਨ ਦੀ ਵਕਾਊ ਮਾਲ ਹੈ। ਜੀ 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 ਜੀ, ਉਹ ਵੋਟਰ ਕਹਿਣ ਲਓ ਕੀ ਲੀਡਰ ਕਹਿਣ ਲਓ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ ਤੁਹਾਡੀ, ਮਿਹਰਬਾਨੀ। ਮੇਰੇ ਨਾਲ ਕਾਫੀ ਸਾਰੇ ਕਾਲਰਸ ਹੋਰ ਵੀ ਜੁੜੇ ਹੋਏ, ਤੁਸੀਂ ਵੀ ਮੈਨੂੰ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ info@justbroadcasting.com, harkiriya@justbroadcasting.com ਦੇ ਉੱਤੇ। ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ, ਅਤੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜੇ 46 MLA ਹਨ ਦਿੱਲੀ ਦੇ ਵਿੱਚ, ਉਹਨਾਂ ਦੀ ਟਿਕਟ ਮੁੜ ਤੋਂ ਉਹਨਾਂ ਨੂੰ ਹੀ ਦਿੱਤੀ ਗਈ ਹੈ, ਔਰ 15 ਸਿਟਿੰਗ ਜਿਹੜੇ MLA ਸੀਗੇ ਉਹਨਾਂ ਦੀ ਟਿਕਟ ਜਿਹੜੀ ਹੈਗੀ ਹੈ ਉਹ ਰਿਪਲੇਸ ਕੀਤੀ ਗਈ ਹੈ ਦੂਜੇ ਕੈਂਡੀਡੇਟ ਤੋਂ ਦਿੱਤੀ ਗਈ ਹੈ। ਕਈ ਸਾਰੇ ਜਿਹੜੇ 15 ਕੈਂਡੀਡੇਟਾਂ ਦੇ ਵਿੱਚ ਜਿਨ੍ਹਾਂ ਨੇ ਟਿਕਟ ਹਾਸਿਲ ਕੀਤੀ ਹੈ ਉਹ ਕਾਂਗਰਸ ਪਾਰਟੀ ਛੱਡ ਕੇ, BJP ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ। ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਕਾਂਗਰਸ ਦੇ ਨਾਲ ਸਮਰਥਨ ਕਾਫੀ ਲੰਬੇ ਸਮੇਂ ਤੋਂ ਕਰਦੇ ਸੀਗੇ, ਲੇਕਿਨ ਹੁਣ ਉਹਨਾਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਅਤੇ ਉੱਥੇ ਦੂਜੇ ਪਾਸੇ ਜਿਹੜੇ ਸਿਟਿੰਗ MLA ਪੰਜਾਬ ਦੇ ਹਨ ਉਹ ਵੱਖ ਵੱਖ ਪੰਜਾਬੀ ਹਲਕਿਆਂ ਦੇ ਵਿੱਚ ਜਾ ਕੇ ਕੈਂਪੇਨਿੰਗ ਕਰ ਰਹੇ ਹਨ ਅਰਵਿੰਦ ਕੇਜਰੀਵਾਲ ਦੇ ਲਈ, ਮੁੜ ਤੋਂ ਉਹਨਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਜਾਵੇ। ਸਵਾਲ ਵੱਡਾ ਇੱਥੇ ਇਹੀ ਬਣਦਾ ਸੀਗਾ ਕਿ ਕੀ ਅਰਵਿੰਦ ਕੇਜਰੀਵਾਲ ਅਗਰ ਦਿੱਲੀ ਦੇ ਵਿੱਚ ਮੁੜ ਤੋਂ ਹੋਣ ਦੇ ਵਿੱਚ ਆਉਂਦੇ ਹਨ ਤਾਂ ਉਹਦਾ ਅਸਰ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਵੇਖਣ ਨੂੰ ਮਿਲੇਗਾ, ਕਿਉਂਕਿ 2022 ਦੇ ਵਿੱਚ ਜਿੱਥੇ ਚੋਣਾਂ ਹੈਗੀਆਂ ਵਿਧਾਨ ਸਭਾ ਦੀ, ਅਤੇ ਉੱਥੇ ਹੀ ਅਸੀਂ ਜ਼ਰੂਰ ਵੇਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ MC ਦੀਆਂ ਵੀ ਚੋਣਾਂ ਪੰਜਾਬ ਦੇ ਵਿੱਚ ਹੋਣਗੀਆਂ, ਤਾਂ ਹੇਠਲੇ ਪੱਧਰ 'ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿੱਥੇ ਸਟੈਂਡ ਕਰੇਗੀ, ਪੰਚਾਇਤੀ ਚੋਣਾਂ ਦੇ ਵਿੱਚ ਵੀ, ਮਿਊਂਸੀਪਲ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਵੀ, MLA ਦੇ ਇਲੈਕਸ਼ਨ ਹੋਣਗੇ, ਤਾਂ ਉਸ ਤੋਂ ਬਾਅਦ ਪਾਰਲੀਮੈਂਟਰੀ ਇਲੈਕਸ਼ਨ ਵੀ ਹੋਣਗੇ, ਤਾਂ ਪ੍ਰਭਾਵ ਜਿਹੜਾ ਦਿੱਲੀ ਤੋਂ ਬਾਅਦ ਉਹ ਹਵਾਵਾਂ ਪੰਜਾਬ ਤੱਕ, ਹਰਿਆਣਾ ਨੂੰ ਛੂੰਦੀਆਂ ਹੋਈਆਂ ਕਿਸ ਤਰੀਕੇ ਨਾਲ ਪਹੁੰਚਣਗੀਆਂ ਪੰਜਾਬ ਦੇ ਵਿੱਚ, ਉਹ ਵੀ ਇੱਕ ਵੱਡਾ ਸਵਾਲ ਬਣਦਾ। ਅਤੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਦਿੱਲੀ ਦੇ ਵਿੱਚ ਜਿਹੜੇ 4 ਅਹਿਮ ਚਿਹਰੇ ਸੀਗੇ ਸਿੱਖ ਫੇਸ ਸੀਗੇ, ਉਹਨਾਂ ਦੇ ਵਿੱਚ ਜਿਹੜੇ ਮਨਜਿੰਦਰ ਸਿੰਘ ਧਿਰ ਸੀਗੇ ਜੋ ਕਿ ਭੋਗਲ ਤੋਂ, ਦਿੱਲੀ ਦਾ ਸਾਊਥ ਦਿੱਲੀ ਦਾ ਇਲਾਕਾ ਪੈਂਦਾ, ਉੱਥੋਂ ਉਹਨਾਂ ਨੂੰ ਜੰਗਪੁਰਾ ਤੋਂ ਟਿਕਟ ਬਕਾਇਦਾ ਦਿੱਤੀ ਗਈ ਸੀਗੀ। ਜਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਤਾਂ ਉਹਨਾਂ ਨੂੰ ਬਕਾਇਦਾ ਸਪੀਕਰ ਵੀ ਬਣਾਇਆ ਗਿਆ ਸੀਗਾ। ਮੈਂ ਦਰਸ਼ਕਾਂ ਦੀ ਜਾਣਕਾਰੀ ਦੱਸਦਾ ਕਿ ਜਰਨੈਲ ਸਿੰਘ ਜੋ ਕਿ ਪੰਜਾਬ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਚੋਣਾਂ ਲੜੀਆਂ ਸੀਗੀਆਂ, ਉਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਬਕਾਇਦਾ ਕਰਨਾ ਪਿਆ ਸੀਗਾ ਪੰਜਾਬ ਦੇ ਵਿੱਚ। ਦਿੱਲੀ ਦੇ ਵਿੱਚ ਹਰੀਨਗਰ ਤੋਂ ਜਗਦੀਪ ਸਿੰਘ ਨੂੰ ਟਿਕਟ ਦਿੱਤੀ ਗਈ ਸੀਗੀ, ਲੇਕਿਨ ਇਸ ਵਾਰ ਜਗਦੀਪ ਸਿੰਘ ਦੀ ਜਿਹੜੀ ਟਿਕਟ ਹੈ ਉਹ ਕੱਟ ਗਈ ਹੈਗੀ ਹੈ, ਕਿਉਂਕਿ ਕਾਫੀ ਕਾਰਨਾ ਕਰਕੇ ਜਿਹੜਾ ਹੈਗਾ ਉਹ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਮੈਨੂੰ ਇਹ ਸਟੈਪ ਲੈਣਾ ਪਿਆ। ਲੇਕਿਨ ਜਦ ਸਿੱਖ ਆਗੂਆਂ ਵੱਲੋਂ, ਵੱਖ ਵੱਖ ਔਰਗਨਾਈਜੇਸ਼ਨਾਂ ਵੱਲੋਂ ਉਹਨਾਂ ਤੋਂ ਜਦ ਇਹ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਿੱਖਾਂ ਦੇ ਮਸਲਿਆਂ ਨੂੰ ਉਠਾਉਣ ਦੇ ਵਿੱਚ ਵੀ ਵਚਨਬੱਧ ਹੋਏ ਹਾਂ, ਬਕਾਇਦਾ ਅਸੀਂ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਨੰਦ ਮੈਰਿਜ ਐਕਟ ਜਿਹੜਾ ਹੈਗਾ ਉਹ ਲਾਗੂ ਕੀਤਾ ਹੈ, ਤਾਂ ਹੁਣ ਦਿੱਲੀ ਦੇ ਵਿੱਚ ਕੋਈ ਵੀ ਅਗਰ ਆਪਣਾ ਸਿੱਖ ਭੈਣ ਅਤੇ ਭਰਾ ਅਗਰ ਆਪਣਾ ਵਿਆਹ ਕਰਵਾਉਂਦਾ ਤਾਂ ਉਹਨੂੰ ਬਕਾਇਦਾ ਜਿਹੜਾ ਆਨੰਦ ਮੈਰਿਜ ਐਕਟ ਦੇ ਤਹਿਤ ਨਾਲ ਜਿਹੜਾ ਸਰਟੀਫਿਕੇਟ ਹੈ ਉਹ ਬਕਾਇਦਾ ਦਿੱਤਾ ਜਾਏਗਾ। ਤਾਂ ਉਹਨਾਂ ਨੇ ਇਹਨਾਂ ਕੰਮਾਂ ਦੇ ਵਿੱਚ ਕਈ ਅਹਿਮ ਸਾਰੇ ਕੰਮ ਜਿਹੜੇ ਨੇ ਉਹ ਦਰਸ਼ਕਾਂ ਨੂੰ ਦੱਸੇ, ਔਰ ਬਕਾਇਦਾ ਉਹਨਾਂ ਨੇ ਲੋਕਾਂ ਨੂੰ ਦੱਸੇ ਕਿ ਅਸੀਂ ਸਿੱਖ ਮਸਲਿਆਂ ਦੇ ਵਿੱਚ ਇੱਥੇ ਵਚਨਬੱਧ ਹੋਏ ਹਾਂ। ਲੇਕਿਨ ਜਦ ਮੈਂ ਵਿਕਾਸ ਕਾਰਜਾਂ ਦੀ ਗੱਲ ਕਰਦਾ ਤਾਂ 5 ਸਾਲਾਂ ਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਵਿੱਚ ਵੀ ਜ਼ਰੂਰ ਜ਼ੋਰ ਪਾਇਆ ਕਿ ਅਸੀਂ ਬਲਕਿ ਐਜੂਕੇਸ਼ਨ ਹੀ ਨਹੀਂ, ਸਿਹਤ ਵਿਭਾਗ ਹੀ ਨਹੀਂ, ਅਸੀਂ ਸਿੱਖਿਆ ਦੇ ਮਿਆਰ ਨੂੰ ਹੀ ਨਹੀਂ, ਬਕਾਇਦਾ ਸੜਕਾਂ ਦੇ ਉੱਤੇ ਜਿਹੜੀ ਬੇਸਿਕ ਨੈਸੈਸਿਟੀ ਸੀਗੀ ਦਿੱਲੀ ਦੇ ਵਿੱਚ ਉਹਨੂੰ ਪੂਰਾ ਕੀਤਾ। ਕਈ ਸਾਰੇ ਜਿਹੜੇ ਦਿੱਲੀ ਦੇ ਵੋਟਰ ਹਨ ਉਹ ਇਸ ਗੱਲ ਨੂੰ ਵੀ ਮੰਨਦੇ ਹਨ ਕਿ 15 ਸਾਲ ਸ਼ੀਲਾ ਦੀਕਸ਼ਿਤ ਹੋਣ ਦੇ ਵਿੱਚ ਸੀਗੀ, ਸਰਕਾਰ ਦੇ ਵਿੱਚ ਸੀਗੀ, ਤਾਂ
ਜਿਹੜੇ ਅੱਜ ਦਿੱਲੀ ਦੇ ਵਿੱਚ ਫਲਾਈਓਵਰਸ ਬਕਾਇਦਾ ਅਸੀਂ ਵੇਖਦੇ ਹਾਂ। ਕਾਮਨਵੈਲਥ ਗੇਮ 2010 ਦੇ ਵਿੱਚ ਦਿੱਲੀ ਦੇ ਵਿੱਚ ਹੋਈ ਸੀਗੀ, ਲੇਕਿਨ ਕਈ ਸਾਰੇ ਵੱਡੇ ਘੁਟਾਲੇ ਜਿਹੜੇ ਸੀਗੇ ਉਹ ਵੀ ਨਿਕਲ ਕੇ ਸਾਹਮਣੇ ਆਏ ਸੀਗੇ ਇਸ ਕਾਮਨਵੈਲਥ ਗੇਮਸ ਦੇ ਵਿੱਚ। ਦਿੱਲੀ ਦੇ ਵੋਟਰਸ ਜਿਹੜੇ ਨੇ ਬੇਸਿਕਲੀ ਉਹਨਾਂ ਦੀ ਮਾਨਸਿਕਤਾ ਹੁਣ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਮੈਂ ਫ੍ਰੀ ਕਰ ਦਿੱਤੀ ਹੈ, ਜਿਹਦੇ ਵਿੱਚ ਮੈਂ ਫ੍ਰੀ ਵਾਈਫਾਈ, ਫ੍ਰੀ ਬਿਜਲੀ, ਫ੍ਰੀ ਪਾਣੀ ਅਤੇ ਫ੍ਰੀ ਬੱਸ ਸੇਵਾਵਾਂ ਹੁਣ ਦੇਣ ਦੇ ਵਿੱਚ ਵਚਨਬੰਦ ਹੋਵਾਂਗਾ ਜੇਕਰ ਮੈਨੂੰ ਤੁਸੀਂ ਮੁੜ ਤੋਂ ਜਿਤਾਉਂਦੇ ਹੋ, ਜੋ ਕਿ ਮੈਂ ਦਿੱਤੀਆਂ ਹੁਣ ਮੈਂ ਫਿਰ ਤੁਹਾਨੂੰ ਦੇਵਾਂਗਾ। ਤਾਂ ਹੁਣ ਕਈ ਵਾਰ ਜਿਹੜੇ ਪੰਜਾਬ ਦੇ ਨੇ ਜਾਂ ਫਿਰ ਹਰਿਆਣਾ ਦੇ ਨੇ ਉਹ ਕਦੀ ਕ ਵਾਰ ਮਜ਼ਾਕ ਕਰਦੇ ਹਨ ਦਿੱਲੀ ਵਾਲਿਆਂ ਦੇ ਨਾਲ ਅੱਜ ਕੱਲ੍ਹ ਕਿ ਤੁਹਾਨੂੰ ਤਾਂ ਸਭ ਕੁਝ ਫ੍ਰੀ ਮਿਲਦਾ ਅਤੇ ਅੱਜ ਅਸੀਂ ਪਾਰਟੀ ਕਰ ਰਹੇ ਹਾਂ ਸਾਰੇ ਪੈਸੇ ਤੂੰ ਭਰੇਗਾ। ਕਾਫੀ ਸਾਰੇ ਉਹਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਮਜ਼ਾਕ ਨੇ ਉਹ ਵੀ ਚੱਲਣੇ ਸ਼ੁਰੂ ਹੋ ਚੁੱਕੇ ਹਨ। ਦਰਸ਼ਕ ਵੀ ਮੇਰੇ ਨਾਲ ਜੁੜੇ ਹੋਏ ਹਨ। ਫਿਲਹਾਲ ਮੈਂ ਇੱਕ ਬ੍ਰੇਕ ਲਿਆ ਅਤੇ ਰੁਕ ਰਿਹਾ, ਕਰਾਂਗੇ ਇਸ ਦੇ ਉੱਤੇ ਟਿੱਪਣੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਦਰਸ਼ਕ ਸਾਡੇ ਨਾਲ ਕਾਫੀ ਸਾਰੇ ਜੁੜੇ ਹੋਏ ਹਨ, ਉਹਨਾਂ ਨੂੰ ਵੀ ਅਸੀਂ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਦਰਸ਼ਨ ਬੋਲਦਾ ਜੀ, ਮੈਂ ਲਾਸ ਏਂਜਲਸ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਜੀ, ਠੀਕ ਹੋ? ਲਾਸ ਏਂਜਲਸ 'ਚ ਕਿਵੇਂ ਹੈ ਮੌਸਮ? ਮੌਸਮ ਵਧੀਆ, ਤੁਸੀਂ ਸਾਡੇ ਕੋਲੋਂ ਲੰਘ ਗਏ, ਉਦੋਂ ਆਏ ਨਹੀਂ ਸਾਡੇ ਕੋਲ, ਯਾਰ ਸਾਹਿਬ ਤਾਂ ਆਏ ਸੀਗੇ। ਹੁਣ ਆਵਾਂਗੇ ਤੁਹਾਡੇ ਕੋਲ, ਆਵਾਂਗੇ ਫਰਵਰੀ 'ਚ, ਫਿਰ ਮੁੜ ਤੋਂ ਪਲਾਨ ਕਰ ਰਹੇ ਹਾਂ ਅਸੀਂ ਕ੍ਰੋਸ ਕੰਟਰੀ ਰੋਡ ਟ੍ਰਿਪ ਦਾ, ਤਾਂ ਜ਼ਰੂਰ ਲਾਸ ਏਂਜਲਸ ਤੁਹਾਡੇ ਕੋਲ ਆ ਕੇ ਦਰਸ਼ਨ ਦੇਵਾਂਗੇ। ਉਹਦਾ ਬਹੁਤ ਫਾਇਦਾ ਹੁੰਦਾ ਯਾਰ ਰੋਡ ਟ੍ਰਿਪ ਵਾਲਾ। ਬਿਲਕੁਲ ਬਿਲਕੁਲ, ਸਾਨੂੰ ਵੀ ਪਤਾ ਚੱਲ ਜਾਂਦਾ ਕਿ ਕੀ ਕੁਝ ਚੱਲ ਰਿਹਾ ਹੈਗਾ LA ਦੇ ਵਿੱਚ, ਔਰ ਅਸੀਂ ਆ ਕੇ ਤੁਹਾਡੇ ਨਾਲ ਮੁਖਾਤਿਬ ਹੁੰਦੇ ਹਾਂ, ਸਾਡਾ ਵੀ ਮਨ ਖੁਸ਼ ਹੋ ਜਾਂਦਾ ਕਿ ਜਿਹਨਾਂ ਨੂੰ ਅਸੀਂ ਰਿਆੜ ਸਾਹਿਬ ਦੇ ਪੱਗ ਬੰਨੀ ਇੰਨੀ ਖੂਬਸੂਰਤ ਲੱਗਦੀ ਹੈ ਨਾ ਉਹ। ਹਾਂਜੀ 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 ਹਾਂਜੀ, ਉਹਨਾਂ ਨੂੰ ਕਿਹਾ ਕਿ ਹੁਣ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੱਗ ਹੀ ਬੰਨਣ। ਬਹੁਤ ਸੋਹਣੀ ਬੰਨੀ ਸੀ। ਜੀ 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 ਜੀ। ਅੱਛਾ ਹੁਣ ਮੇਰਾ ਵਿਚਾਰ ਇਹ ਹੈ ਜੀ, ਦੇਖੋ ਦਿੱਲੀ 'ਚ 100% ਤਾਂ ਬਣਨੀ ਬਣਨੀ ਸਰਕਾਰ। ਹਾਂ, ਜੇ ਕੋਈ EVM ਦਾ ਪੰਗਾ ਨਾ ਪੈ ਜੇ ਤਾਂ, ਮਰਜ਼ੀ ਪਾਈ ਚਲੋ ਤੇ ਉਹ ਜਾਣੀਆਂ ਭਾਈ ਸਾਹਿਬ ਮੋਦੀ ਸਾਹਿਬ ਨੂੰ ਹੀ ਹੈ ਤੇ ਉਹ ਬਹੁਤ ਜ਼ਰੂਰੀ ਹੈ। ਬਾਕੀ ਪੜ੍ਹੇ ਲਿਖੇ ਮੁੰਡੇ ਲੱਗੇ ਹੋਏ ਆ ਮੂਹਰੇ, ਸਾਨੂੰ ਤਾਂ ਮਾਣ ਹੈ, ਦੇਸ਼ ਨੂੰ ਮਾਣ ਹੈ ਮੈਂ ਸਮਝਦਾ ਇਹੋ ਜਿਹੀ ਲੀਡਰਸ਼ਿਪ ਨੂੰ ਜਿਹੜੀ ਅਗਾਂਹ ਵਧਾ ਰਹੀ ਹੈ ਆਪਣੇ। ਉਹਨਾਂ ਨੇ ਦੇਖੋ ਜਨਾਬ, ਉਹ ਕਹਿੰਦਾ ਸਾਡੇ ਕੋਲ ਪੈਸੇ ਹੈ ਨਹੀਂ ਲੜਨ ਨੂੰ, ਤੇ ਮਨੀਸ਼ ਸੋਢੀਆ ਕਹਿੰਦਾ ਸਾਨੂੰ ਪੈਸੇ ਦਿਓ। ਲੋਕਾਂ ਨੇ 2 ਮਿੰਟਾਂ 'ਚ 2-3 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ। ਜਲਦੀ ਇਹ ਲੋਕ ਵੀ ਚਾਹੁੰਦੇ ਆ ਵੀ ਇਹ ਪਾਰਟੀਆਂ ਆਉਣ, ਠੀਕ ਹੈ ਨਾ? ਜੀ 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 ਜੀ। ਹਾਂ, ਤੇ ਇਹਦੇ ਜਿਹੜੇ ਹੈਗੇ ਆ ਨਾ ਦੂਜੀਆਂ ਰਵਾਇਤੀ ਪਾਰਟੀਆਂ, ਉਹਨਾਂ ਨੇ 1 ਕਰੋੜ ਰੁਪਇਆ ਬਿਜਲੀ ਵਾਲਿਆਂ ਤੋਂ ਬਣਾ ਲਿਆ, 1 ਕਰੋੜ ਰੁਪਇਆ ਕਿਸੇ ਹੋਰ ਤੋਂ ਬਣਾ ਲਿਆ। ਬਿਲਕੁਲ ਬਿਲਕੁਲ ਦਰਸ਼ਨ ਸਿੰਘ ਜੀ, ਮੈਂ ਕਈ ਗੱਲਾਂ ਨਾਲ ਤੁਹਾਡੇ ਨਾਲ ਸਹਿਮਤੀ ਰੱਖਦਾ, ਲੇਕਿਨ ਮੈਨੂੰ ਤੁਹਾਡਾ ਫੋਨ ਜਿਹੜਾ ਡਿਸਕਨੈਕਟ ਕਰਨਾ ਪਊਗਾ ਕਿਉਂਕਿ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਹਾਨੂੰ ਸੁਣਨਾ ਤਾਂ ਹੋਰ ਚਾਹੁੰਦਾ ਸੀਗਾ, ਲੇਕਿਨ LA ਆਵਾਂਗੇ, ਹੋਏਗੀ ਤੁਹਾਡੇ ਨਾਲ ਮੁਲਾਕਾਤ, ਤੇ ਫਿਰ ਜ਼ਰੂਰ ਅਸੀਂ ਚਰਚਾ ਕਰਾਂਗੇ ਕਈ ਸਾਰੇ ਮਸਲਿਆਂ ਦੇ ਉੱਤੇ। ਫਿਲਹਾਲ ਮੈਂ ਉਹਨਾਂ ਦਰਸ਼ਕਾਂ ਤੋਂ ਵੀ ਮਾਫ਼ੀ ਮੰਗਣਾ ਚਾਹਾਂਗਾ ਜਿਨ੍ਹਾਂ ਦੀ ਮੈਂ ਕਾਲਸ ਨੂੰ ਪਿੱਕ ਨਹੀਂ ਕਰ ਸਕਿਆ, ਲੇਕਿਨ ਤੁਸੀਂ ਮੈਨੂੰ ਈਮੇਲ ਰਾਹੀਂ ਆਪਣੇ ਜਿਹੜੇ ਪ੍ਰਤੀਕਰਮ ਹਨ ਉਹ ਭੇਜ ਸਕਦੇ ਹੋ info@justbroadcasting.com ਦੇ ਉੱਤੇ। ਤਾਂ 8 ਫਰਵਰੀ ਨੂੰ ਦਿੱਲੀ ਦੇ ਵਿੱਚ ਚੋਣਾਂ, 11 ਨੂੰ ਨਤੀਜੇ, ਕੌਣ ਬਣੇਗਾ ਦਿੱਲੀ ਦਾ ਮੁੱਖ ਮੰਤਰੀ, ਵੱਖ ਵੱਖ ਇਸ ਖਬਰ ਦੇ ਉੱਤੇ ਪ੍ਰਤੀਕਰਮ ਜਿਹੜੇ ਆ ਰਹੇ ਹਨ ਉਹਨਾਂ ਦੇ ਉੱਤੇ ਅਪਡੇਟ ਵੀ ਅਸੀਂ ਤੁਹਾਨੂੰ ਦਿੰਦੇ ਰਵਾਂਗੇ। ਮੈਂ ਸੀਗਾ ਹਰਕਿਰਤ ਸਿੰਘ ਆਲੂਵਾਲੀਆ, ਇਹੀ ਸੀਗਾ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ੍ਰੀ ਅਕਾਲ।